ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਅਜੇ ਵੀ ਨਹੀਂ ਸੁਧਰੇ ਗੁੱਜਰ, ਅੱਜ ਵੀ ਬਾਣੀਆਂ ਦੇ ਵਿੱਚ ਮੰਦ ਬੁੱਧੀਆਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ। ਦੇਖੋ ਜੀ ਬੰਦੇ ਦੇ ਹਾਲਾਤ ਵਿਚਾਰੇ ਦੇ ਕੀ ਆ, ਆਹ ਬੰਦੇ ਦੇ ਗਲ 'ਚ ਗੰਦੀ ਲੀਰ ਪਾਈ ਹੋਈ ਆ, ਕੱਪੜੇ ਗੰਦੇ ਪਾਏ ਹੋਏ, ਹੱਥ ਪੈਰ ਦੇ ਗੋਹੇ ਨਾਲ ਗਲੇ ਪਏ ਆ। ਇਹ ਬੰਦਾ ਕਹਿੰਦਾ ਉਹਨੂੰ ਸਟੇਸ਼ਨ ਤੋਂ ਫੜ ਕੇ ਲੈ ਕੇ ਆਏ ਅਸੀਂ। ਕਿਸੇ ਦਾ ਵੀ ਮੰਦ ਬੁੱਧੀ ਬੰਦਾ ਘਰ 'ਚੋਂ ਗੁੰਮ ਜਾਂਦਾ, ਯੂਪੀ ਬਿਹਾਰ ਤੋਂ ਆਸਾਮ ਤੋਂ ਕਿਤੋਂ ਵੀ ਮੰਦ ਬੁੱਧੀ ਬੰਦਿਆਂ ਨੂੰ ਲਿਆ ਕੇ ਇੱਥੇ ਵੇਚਿਆ ਖਰੀਦਿਆ ਜਾਂਦਾ। ਇੱਦਾਂ ਦੇ ਬੰਦੇ 10-10 ਹਜ਼ਾਰ ਰੁਪਏ ਦੇ ਇੱਕ ਵਾਰੀ ਖਰੀਦ ਲੈਂਦੇ, ਸਾਰੀ ਜ਼ਿੰਦਗੀ ਮਰਨ ਤੱਕ ਉਹ ਤੋਂ ਕਿੱਦਾਂ ਕੰਮ ਕਰਾਉਂਦੇ ਨੇ। ਹੱਥ ਦੇਖੋ ਜੀ, ਆ ਇਹਦੇ ਹੱਥ, ਆ ਉਹ ਆ ਸਾਡੇ ਸਮਾਜ ਦੇ ਹੱਥ ਅੱਜ ਦੇ, ਦੇਖੋ ਜੀ ਆਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹੈ ਨੇ, ਸੇਵਾ ਸੁਸਾਇਟੀਆਂ ਹੈ ਨੇ, ਜੋ ਦਿਨ ਰਾਤ ਇੱਕ ਕਰਦੀਆਂ ਨੇ ਮਨੁੱਖਤਾ ਦੀ ਭਲਾਈ ਵਾਸਤੇ, ਮਨੁੱਖਤਾ ਦੀ ਸੇਵਾ ਵਾਸਤੇ। ਅਤੇ ਕੁਝ ਅਜਿਹੇ ਕਮਜ਼ਰਬ ਲੋਕ ਵੀ ਹੈ ਨੇ ਜਿਹਨਾਂ ਦੇ ਅੰਦਰ ਇਨਸਾਨੀਅਤ ਹੀ ਮਰ ਗਈ ਹੈ, ਜੋ ਆਪਣੇ ਨਿੱਜਾਂ ਵਾਸਤੇ ਇੰਨਾ ਕੀ ਜ਼ਿਆਦਾ ਗਿਰ ਜਾਂਦੇ ਨੇ, ਜੋ ਕਿਸੇ ਮੰਦ ਬੁੱਧੀ ਨੂੰ ਤਾਂ ਉਮਰ ਗੁਲਾਮ ਬਣਾ ਕੇ ਰੱਖਣ 'ਚ ਵੀ ਗੁਰੇਜ਼ ਨਹੀਂ ਕਰਦੇ, ਪਰ ਅਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਭਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਹੋਣਾ ਵਰਗੇ ਬਾਬੇ ਨਾਨਕ ਦੇ ਦੂਤ ਇਸ ਧਰਤੀ ਤੇ ਅੱਜ ਵੀ ਮੌਜੂਦ ਹੈ ਨੇ, ਜੋ ਦੁਖੀਆਂ ਨੂੰ ਸਹਾਰਾ ਦਿੰਦੇ ਨੇ, ਜੋ ਨਿਆਸਰਿਆਂ ਨੂੰ ਆਸਰਾ ਦਿੰਦੇ ਨੇ, ਜੋ ਚਾਹੇ ਕਿਸੇ ਦੇ ਸਰੀਰ 'ਚ ਕੀੜੇ ਹੀ ਕਿਉਂ ਨਾ ਪਏ ਹੋਣ, ਉਹਨਾਂ ਨੂੰ ਸਾਫ਼ ਸੁਥਰਾ ਕਰਕੇ ਇੱਕ ਨਵੀਂ ਜ਼ਿੰਦਗੀ ਬਖਸ਼ਦੇ ਨੇ। ਤੇ ਤਾਂ ਹੀ ਗੁਰਪ੍ਰੀਤ ਵੀਰ ਨੇ ਇਸ NGO ਦਾ ਨਾਮ ਵੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਰੱਖਿਆ ਹੈ। ਤੇ ਵਾਕਈ ਹੀ ਇਸ NGO ਵੱਲੋਂ ਮਨੁੱਖਤਾ ਦੀ ਸੇਵਾ ਹੀ ਕੀਤੀ ਜਾਂਦੀ ਹੈ, ਕਿਉਂਕਿ ਜਿੰਨੇ ਮਰੀਜ਼ ਇਹਨਾਂ ਕੋਲ ਆਉਂਦੇ ਨੇ, ਜਿੰਨੇ ਹਸਪਤਾਲਾਂ ਵਿੱਚ ਇਲਾਜ ਇਸ ਸੰਸਥਾ ਵੱਲੋਂ ਕਰਵਾਏ ਜਾਂਦੇ ਨੇ, ਤੇ ਜਿੱਦਾਂ ਜਗ੍ਹਾ ਜਗ੍ਹਾ ਪਹੁੰਚ ਕੇ ਬੇਸਹਾਰਿਆਂ ਨੂੰ, ਗਰੀਬਾਂ ਨੂੰ, ਗੁਰਬਿਆਂ ਨੂੰ ਸਹਾਰਾ ਦਿੱਤਾ ਜਾਂਦਾ ਹੈ, ਲਾ ਇਲਾਜ ਬਿਮਾਰੀਆਂ ਦਾ ਇਲਾਜ ਕਰਵਾਇਆ ਜਾਂਦਾ ਹੈ, ਤੇ ਉਹਨਾਂ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਜਿਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ। ਆਓ ਤੁਹਾਨੂੰ ਵਿਖਾਉਂਦੇ ਹਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦਾ ਜਿੱਥੇ ਆਸ਼ੀਆਨਾ ਹੈ, ਉਸ ਦੇ ਕੁਝ ਪੈੜਾਂ ਦੇ ਉੱਤੇ ਹੀ ਕੁਝ ਗੁਜਰਾਂ ਦੇ ਬਾੜੇ ਸਨ, ਪਿੰਡ ਹਸਨਪੁਰ, ਪਰ ਉਹਨਾਂ ਬਾੜਿਆਂ ਦੇ ਵਿੱਚ ਗੁਲਾਮ ਬਣਾ ਕੇ ਰੱਖੇ ਹੋਏ ਸਨ ਮੰਦ ਬੁੱਧੀ ਇਨਸਾਨ। ਬੜੇ ਚਿਰਾਂ ਤੱਕ ਭਾਈ ਗੁਰਪ੍ਰੀਤ ਸਿੰਘ ਨੇ ਇਹਨਾਂ 'ਤੇ ਨਜ਼ਰ ਬਣਾ ਕੇ ਰੱਖੀ ਕਿ ਵਾਕਈ ਹੀ ਇਹ ਮੰਦ ਬੁੱਧੀ ਨੇ ਜਾਂ ਇਹਨਾਂ ਦੇ ਪਰਿਵਾਰਕ ਮੈਂਬਰ ਨੇ। ਜਦੋਂ ਪੁਸ਼ਟੀ ਹੋ ਗਈ ਕਿ ਇਹ ਮੰਦ ਬੁੱਧੀ ਬੱਚੇ ਨੇ, ਮੰਦ ਬੁੱਧੀ ਇਨਸਾਨ ਨੇ, ਅਤੇ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ, ਜਿਹਨਾਂ ਨੂੰ ਇੱਥੇ ਤੱਕ ਵੀ ਸੁੱਤ ਨਹੀਂ ਕਿ ਉਹਨਾਂ ਦਾ ਨਾਮ ਕੀ ਹੈ, ਉਹ ਕੌਣ ਨੇ। ਆਓ ਮਾਰਦਿਆਂ ਇੱਕ ਨਜ਼ਰ 'ਤੇ ਦਿਖਾਉਂਦੇ ਹਾਂ ਤੁਹਾਨੂੰ ਇਹਨਾਂ ਗੁੱਜਰਾਂ ਦੀ ਵੀ ਬੇਸ਼ਰਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਤੁਸੀਂ ਇਸ ਇੱਕ ਇਨਸਾਨ ਨੂੰ ਗੋਹਾ ਇਕੱਠਾ ਕਰਦੇ ਨੂੰ ਦੇਖ ਕੇ ਅੰਦਾਜ਼ਾ ਲਾ ਰਹੇ ਹੋਵੋਗੇ, ਆਹ ਸਾਰੇ ਸਿਸਟਮ ਨੂੰ ਦੇਖ ਕੇ ਅੰਦਾਜ਼ਾ ਲਾ ਰਹੇ ਹੋਵੋਗੇ ਵੀ ਅਸੀਂ ਕਿੱਥੇ ਖੜ੍ਹੇ ਹਾਂ। ਇਹ ਗੁੱਜਰਾਂ ਦਾ ਬਾੜਾ ਵਾ, ਇੱਕ ਆਹ ਦੇਖੋ ਗੁੱਜਰ ਕਿਵੇਂ ਜਾਂਦਾ ਬੁਲਟ ਦੇ ਉੱਤੇ ਫੁੱਟ ਫੁੱਟ ਕਰਦਾ। ਇਹਨਾਂ ਨੇ ਬੰਦੇ ਰੱਖੇ ਹੋਏ ਆ ਗੁਲਾਮ ਬਣਾ ਬਣਾ ਕੇ, ਗੁਲਾਮ ਬਣਾ ਕੇ। ਅਸੀਂ ਹਸਨਪੁਰ ਪਿੰਡ 'ਚ ਖੜ੍ਹੇ ਹਾਂ, ਜਿੱਥੇ ਸਾਡਾ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਆਪਣਾ ਘਰ ਆ ਸੁਪਨਿਆਂ ਦਾ, ਬਿਲਕੁਲ ਸਾਹਮਣੇ ਉਹ ਚਿੱਟੀ ਬਿਲਡਿੰਗ ਦਿਖਾਈ ਦਿੰਦੀ ਹੈ ਤੁਹਾਨੂੰ, ਸਾਡੇ ਘਰ ਤੋਂ ਯਾਨੀ ਕਿ ਸਿਰਫ 5-7 ਕਿੱਲੇ ਦੂਰ ਆ ਅਸੀਂ ਸਾਰੇ। ਅਤੇ ਆਹ ਬੰਦਾ ਗੋਹੇ ਨਾਲ ਗੋਹਾ ਹੋਇਆ ਹੋਇਆ ਇਹ ਪਿਛਲੇ 1-1.5 ਮਹੀਨੇ ਤੋਂ ਇੱਥੇ ਆ ਕੇ ਰਹਿਣ ਲੱਗਿਆ। ਇਹ ਗੁੱਜਰਾਂ ਦੇ 2-3 ਪਰਿਵਾਰ ਆ, ਇੱਕ ਉਹ ਸਾਹਮਣੇ ਬਾੜਾ ਬਣਾਇਆ, ਇੱਕ ਆਹ ਬਣਾਇਆ ਉਹਨਾਂ ਨੇ, ਅਤੇ ਇੱਕ ਆਹ ਸਾਡੇ ਸਰਪੰਚ ਸਾਹਿਬ ਦੀ ਜ਼ਮੀਨ ਆ, ਸਾਬਕਾ ਸਰਪੰਚ ਸਾਹਿਬ, ਉਹ ਜ਼ਮੀਨ ਇਹਨਾਂ ਨੇ ਰੈਂਟ 'ਤੇ ਲਈ ਆ ਕਿਰਾਏ 'ਤੇ ਆ ਕੇ ਇੱਥੇ ਰਹਿਣ ਲੱਗੇ ਆ। ਅਤੇ ਆਹ ਬੰਦੇ ਦੇ ਹਾਲਾਤ ਦੇਖੋ ਤੁਸੀਂ ਕੀ ਆ,
ਇਹ ਬੰਦਾ ਵਿਚਾਰਾ ਗੋਹਾ ਚੱਕਦਾ ਸਵੇਰ ਤੋਂ ਸ਼ਾਮ ਤੱਕ, ਅਸੀਂ ਪਿਛਲੇ ਇੱਕ ਮਹੀਨੇ ਤੋਂ ਵਾਚ ਕਰ ਰਹੇ ਹਾਂ। ਸਾਨੂੰ ਇੱਦਾਂ ਸੀ ਵੀ ਪਹਿਲਾਂ ਅਸੀਂ ਸਿਕਿਓਰ ਹੋ ਜਾਈਏ, ਪਹਿਲਾਂ ਅਸੀਂ ਪੂਰੀ ਇਨਕੁਆਇਰੀ ਕਰ ਲਈਏ ਵੀ ਕੋਈ ਇਹਨਾਂ ਦੇ ਆਪਣੇ ਤਾਂ ਨਹੀਂ ਹੈਗੇ। ਇਹ ਬੰਦਾ ਵਿਚਾਰਾ ਜਿਹਨੂੰ ਆਪਦੀ ਵੀ ਸੁੱਧ ਬੁੱਧ ਨਹੀਂ ਹੈਗੀ, ਆਪਣਾ ਨਾਮ ਤੱਕ ਵੀ ਨਹੀਂ ਪੂਰੀ ਤਰ੍ਹਾਂ ਨਾਲ ਪਤਾ, ਇਹ ਸਾਰਾ ਦਿਨ ਆ ਗੋਹਾ ਚੱਕੀ ਜਾਂਦਾ, ਕੜਾਹੀਆ ਭਰਿਆ ਹੋਇਆ, ਆ ਸਾਰਾ ਦੇਖੋ ਕਿੱਦਾਂ ਗੋਹਾ ਇਹਨੂੰ ਕਰ ਰਿਹਾ। ਮੱਝਾਂ ਇੱਧਰ ਵੀ ਕਿੰਨੀਆਂ ਖੜੀਆਂ, 60-70 ਇੱਧਰ ਵੀ ਖੜੀਆਂ, ਸਾਰੀਆਂ ਦਾ ਗੋਹਾ ਇਹ ਬੰਦਾ ਚੱਕਦਾ ਇਕੱਲਾ, ਰੂੜੀ 'ਤੇ ਸਿੱਟੀ ਜਾਂਦਾ ਚੱਕ ਚੱਕ ਕੇ, ਰੂੜੀ 'ਤੇ ਸਿੱਟੀ ਜਾਂਦਾ ਚੱਕ ਚੱਕ ਕੇ। ਆ ਦੇਖੋ ਕਿਵੇਂ ਗੋਹੇ ਨਾਲ ਐਂ, ਜਾਣੀ ਕਿ ਉਹਦਾ ਗੋਹੇ ਨਾਲ ਪਿਆਰ ਆ ਜਿਵੇਂ ਹਲਵਾਈ ਖੋਏ। ਗਾਓ ਗਾਓ ਕਹਾਂ ਪੇ ਕਹਾਂ ਪੇ ਕਹਾਂ ਪੇ, ਇੱਥੇ ਰੁਕ ਜਾ ਕਾਕੇ, ਗਾਓ ਕਹਾਂ ਪੇ ਤੁਹਾਰਾ ਕਹਾਂ ਪੇ ਜਹਾਂ ਪੇ, ਬਾਪ ਕਾ ਨਾਮ ਕਿਆ ਹੈ, ਬਾਪ ਬਾਪ ਕਾ ਨਾਮ, ਪੈਸਾ ਦਿੱਤੇ ਤੇਰੇ ਕੋਲ, ਪੈਸਾ ਪੈਸਾ ਦਿੱਤੇ ਜੇ ਲੋਕ। ਹਾਂ ਬਈ ਇਹਨੂੰ ਕਿੱਥੋਂ ਲੈ ਕੇ ਆਉਂਦਾ ਸੀ ਬਾਈ ਇੱਥੇ ਆ ਤੂੰ, ਹੈਲੋ ਜੇ ਉਠਾ ਕੇ ਫੇਂਕ ਦੇ, ਕਿੱਥੋਂ ਲੈ ਕੇ ਆਉਂਦਾ ਸੀ ਇਹ ਬੰਦਾ, ਇੱਦਾਂ ਦੇ ਬੰਦੇ ਨੂੰ ਛੁਡਾ ਛੁਡਾ ਲਓ। ਤੁਸੀਂ ਸਾਡੇ ਗਵਾਂਢ ਦੇ ਵਿੱਚ ਸਾਡੀਆਂ ਜੜਾਂ ਦੇ ਵਿੱਚ ਗੁਲਾਮ ਬਣਾ ਕੇ ਰੱਖੇ ਹੋਏ ਬੰਦੇ ਦੋ, ਇੱਕੋ ਗਾਵਾਂ ਮੱਝਾਂ ਚਰੀ ਜਾਂਦਾ ਉੱਧਰ ਵਿਚਾਰਾ, ਉਹ ਵੀ ਮੰਦ ਬੁੱਧੀ ਆ, ਇਹ ਵੀ ਮੰਦ ਬੁੱਧੀ ਆ, ਇਹਨੂੰ ਇਹ ਵੀ ਨਹੀਂ ਪਤਾ ਇਹਦਾ ਨਾਂ ਕੀ ਆ। ਬੋਲਦਾ ਵਧੀਆ। ਅੱਛਾ ਤੇਰੇ ਮੁੰਡੇ ਨੂੰ ਤੈਨੂੰ ਲੈ ਜਾਵੇ ਕੋਈ ਫੜ ਕੇ, ਮੇਰੇ ਸਿੱਟ ਕੇ ਉੱਤੇ ਗੋਹਾ ਚੱਕ ਕੇ ਮੇਰੀਆਂ ਗਾਵਾਂ ਰੱਖੀਆਂ, ਤੈਨੂੰ ਗੋਹੇ 'ਚ ਮੈਂ ਰੱਖਾਂ 24 ਘੰਟੇ, ਤੂੰ ਬੋਲੇਗਾ ਸੁੱਟ ਦੇਗਾ ਗੋਹਾ ਮੇਰੇ ਸੱਟਣ ਨੂੰ? ਗੋਹਾ ਕੀ ਆ ਗੋਹਾ, ਆਪਾਂ ਘਰ ਇੱਥੇ। ਤੇਰਾ ਨਾਂ ਕੀ ਆ? ਕੀ ਆ? ਸੁਰਮੂ। ਸੁਰਮੂ ਖਾਨ? ਸੁਰਮੂ ਖਾਨ, ਕਿੰਨੇ ਬੱਚੇ ਤੇਰੇ? ਮੇਰੇ ਦੋ ਮੁੰਡੇ। ਤੇਰੇ ਕਿਹੜੇ ਕਿਹੜੇ ਮੁੰਡੇ? ਦੋ ਛੋਟੇ ਛੋਟੇ। ਤੇ ਤੇਰੇ ਮੁੰਡਿਆਂ ਨੂੰ ਕੱਲ ਨੂੰ ਕੋਈ ਲੈ ਜਾਵੇ ਚੱਕ ਕੇ ਉਹਨਾਂ ਤੋਂ ਐਂ ਗੋਹਾ ਚਕਾਵੇ ਸਾਰੀ ਉਮਰ ਫਿਰ, ਕਿਉਂਕਿ ਤੁਹਾਡੇ ਪਤਾ ਕਿੰਨੇ ਬੰਦੇ ਰੱਖੇ ਜਿਹੜੇ ਪਹਿਲਾਂ ਤੁਸੀਂ ਗਏ ਨਾ ਉੱਥੇ ਵੀ ਤੁਹਾਡੇ ਬੰਦੇ ਰੱਖੇ ਆ, ਤੁਸੀਂ ਬੰਦੇ ਘੁਮਾਉਂਦੇ ਰਹਿੰਦੇ, ਅਸੀਂ ਸਾਰਾ ਪਤਾ ਸਾਨੂੰ, ਅਸੀਂ ਬੱਚੇ ਨਹੀਂ ਹੈਗੇ, ਅਸੀਂ ਬੇਵਕੂਫ ਨਹੀਂ ਹੈਗੇ, ਅਸੀਂ ਹਰ ਰੋਜ਼ ਇਹੀ ਕੰਮ ਕਰਦੇ ਹਾਂ ਸਵੇਰ ਤੋਂ ਸ਼ਾਮ ਤੱਕ, ਠੀਕ ਆ ਬੰਦਿਆਂ ਦੇ ਵਾਂਗ, ਜੇ ਤਾਂ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਤੁਹਾਡੇ ਦੇ। ਆ ਦੇਖੋ ਜੀ ਬੰਦੇ ਦੇ ਹਾਲਾਤ ਵਿਚਾਰੇ ਦੇ ਕੀ ਆ, ਆਹ ਬੰਦੇ ਦੇ ਗਲ 'ਚ ਗੰਦੀ ਲੀਰ ਪਾਈ ਹੋਈ ਆ, ਕੱਪੜੇ ਗੰਦੇ ਪਾਏ ਹੋਏ, ਹੱਥ ਪੈਰ ਉਹਦੇ ਗੋਹੇ ਨਾਲ ਗਲੇ ਪਏ ਆ, ਇਹ ਬੰਦਾ ਕਹਿੰਦਾ ਉਹਨੂੰ ਸਟੇਸ਼ਨ ਤੋਂ ਫੜ ਕੇ ਲੈ ਕੇ ਆਏ ਹਾਂ ਅਸੀਂ। ਕਿਸੇ ਦਾ ਵੀ ਮੰਦ ਬੁੱਧੀ ਬੰਦਾ ਘਰ 'ਚੋਂ ਗੁੰਮ ਜਾਂਦਾ, ਯੂਪੀ ਬਿਹਾਰ ਤੋਂ ਆਸਾਮ ਤੋਂ ਕਿਤੋਂ ਵੀ ਮੰਦ ਬੁੱਧੀ ਬੰਦਿਆਂ ਨੂੰ ਲਿਆ ਕੇ ਇੱਥੇ ਵੇਚਿਆ ਖਰੀਦਿਆ ਜਾਂਦਾ, ਇੱਦਾਂ ਦੇ ਬੰਦੇ 10-10 ਹਜ਼ਾਰ ਰੁਪਏ ਦੇ ਇੱਕ ਵਾਰੀ ਖਰੀਦ ਲੈਂਦੇ, ਸਾਰੀ ਜ਼ਿੰਦਗੀ ਮਰਨ ਤੱਕ ਉਹ ਤੋਂ ਕਿੱਦਾਂ ਕੰਮ ਕਰਾਉਂਦੇ ਨੇ ਗੁਲਾਮ ਬਣਾ ਕੇ। ਇਹ ਗੁੱਜਰਾਂ ਦੇ ਬਾੜੇ ਦੇ ਵਿੱਚ ਖੜੇ ਹਾਂ ਅਸੀਂ, ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਮੱਝਾਂ ਖੜੀਆਂ ਸੀ ਹੁਣੇ, ਉਹਨਾਂ ਨੂੰ ਘੁਮਾਉਣ ਦੇ ਲਈ ਉੱਧਰ ਲੈ ਗਏ ਆ ਉਹ, ਅਤੇ 100-150 ਮੱਝ ਦਾ ਗੋਹਾ ਆਹ ਬੰਦਾ ਚੱਕਦਾ ਇਕੱਲਾ। ਇਹ ਬੰਦੇ ਦੇ ਨਾਲ ਕੀ ਹਾਲਾਤ ਪੈਦਾ ਹੋਏ ਹੋਣਗੇ ਤੁਸੀਂ ਸੋਚ ਨਹੀਂ ਸਕਦੇ, ਕੋਈ ਤਨਖਾਹ ਨਹੀਂ ਦਿੱਤੀ ਜਾਂਦੀ। ਮੇਰੀ ਗੱਲ ਸੁਣ ਲਓ ਭੈਣੇ, ਝੂਠ ਨਹੀਂ ਬੋਲਣਾ, ਝੂਠ ਨਹੀਂ ਬੋਲ, ਰੱਬ ਵਾਲਾ ਤਾਂ ਤੁਹਾਡੇ ਘਰ 'ਚ ਗੱਲ ਹੀ ਨਹੀਂ ਹੈਗੀ, ਰੱਬ ਵਾਲੀ ਤਾਂ ਗੱਲ ਖਤਮ ਹੋ ਗਈ। ਤੁਸੀਂ ਹੁਣੇ ਮੈਨੂੰ ਕਹਿ ਕੇ ਹੱਟੇ ਵੀ ਇੱਥੋਂ ਰੋਡ ਤੋਂ ਤੁਰਿਆ ਜਾਂਦਾ ਆ ਗਿਆ, ਆਹ ਪੁੱਛ ਕਿੱਥੋਂ ਆਇਆ ਵੀ, ਪੁੱਛ ਇਹਨੂੰ ਕਿੱਥੋਂ ਲਿਆਂਦਾ, ਝੂਠ ਝੂਠ। ਰੱਬ ਨੂੰ ਜਾਨ ਹੁਣ ਕਿਹਨੂੰ ਦੇਣੀ, ਰੱਬ ਨੂੰ ਜਾਨ ਮੇਰੀ ਭੈਣ, ਤੇਰੇ ਨਿੱਕੇ ਨਿੱਕੇ ਬੱਚੇ ਆ, ਤੇਰੇ ਬੱਚਿਆਂ ਨੂੰ ਕੋਈ ਚੱਕ ਕੇ ਲੈ ਜਾਵੇ ਫਿਰ ਕੀ ਕਰੇਗੀ? ਕਿਸਮਤ ਹੀ ਆ ਫਿਰ, ਇਹ ਬੰਦੇ ਦੀ ਕਿਸਮਤ ਹੀ ਆ ਵਿਚਾਰੇ ਦੀ, ਤੁਸੀਂ ਐ ਫੜੋਗੇ ਪਾਗਲਾਂ ਨੂੰ, ਪਾਗਲਾਂ ਨੂੰ ਫੜ ਫੜ ਗੋਹਾ ਚਕਾਓਗੇ ਤੁਸੀਂ, ਜਬਰਦਸਤੀ ਆ ਹੋਰ ਕੀ, ਉਹਨੂੰ ਨੀ ਪਤਾ ਨਾ ਕੀ ਉਹਦਾ ਦਿਖਾਉਣੇ ਆ ਕੀ ਹੁੰਦਾ। ਪਿੰਡ ਦੇ ਸਰਪੰਚ ਸਾਹਿਬ ਨੂੰ ਫੋਨ ਕਰ, ਕੱਕ ਗੱਲ ਕਰਾ, ਮੇਰਾ ਫੋਨ ਦਿਆ,
ਕਮਾਲ ਹੋ ਗਈ। ਤੁਸੀਂ ਗੁਜਰਾਂ ਨਾ ਖੇ ਪਾਈ ਪਈ ਆ ਪੰਜਾਬ ਦੇ ਨਾਂ ਤੇ, ਤੁਸੀਂ ਕਿਤੇ ਕਿੱਥੇ ਪਹਿਲਾਂ ਤਾਂ ਕੋਈ ਤੁਸੀਂ ਬੂਟਾ ਨਹੀਂ ਛੱਡਿਆ ਪੰਜਾਬ 'ਚ, ਜਿੰਨੇ ਬੂਟੇ ਲਾਉਣੇ ਸਾਰੇ ਤੁਹਾਡੀਆਂ ਮੱਝਾਂ ਖਾਂਦੀਆਂ। ਇਹ ਤੁਹਾਡੇ ਆਪਦੀ ਜਮੀਨ, ਤੁਹਾਡੇ ਪਿਓ ਦੀ ਜਮੀਨ ਆ ਇਹ, ਪੰਜਾਬ ਦੀ ਧਰਤੀ। ਤੁਸੀਂ ਡੇਢ ਡੇਢ ਸੌ ਮੱਝ ਨੂੰ ਲੈ ਕੇ ਘੁੰਮਦੇ ਫਿਰਦੇ ਲੋਕਾਂ ਦੇ ਖੇਤਾਂ ਦੇ ਵਿੱਚ ਦੀ। ਉੱਦਣ ਮੈਂ ਤਾਂ ਤੈਨੂੰ ਉੱਥੇ ਘੂਰਿਆ, ਕਿਹਾ ਕਿ ਨਹੀਂ ਤੈਨੂੰ ਉੱਥੇ ਉੱਥੇ ਮੈਂ ਤੁਹਾਨੂੰ ਘੂਰਿਆ ਵੀ ਮੇਰੇ ਸਾਡੇ ਸਾਰੇ ਬੂਟੇ ਖਾ ਗਏ ਤੁਸੀਂ। ਫਿਰ ਅਸੀਂ ਮਹੀਨੇ ਤੋਂ ਦੇਖ ਰਹੇ ਹਾਂ, ਦੇਖ ਆ ਬੰਦੇ ਦੇ ਆ ਚੱਕ ਤਾਂ ਤੂੰ ਗੁਫਾ ਲਿਪੜਿਆ ਹੈਗਾ, ਤੂੰ ਦੇਖ ਰਿਹਾ ਹੱਥ ਕਿਵੇਂ ਗਲੇ ਆ। ਕੱਪੜੇ ਲਵਾਏ, ਕੱਪੜੇ ਦੇਖ ਰਹੇ, ਪੈਂਟ ਦੇ ਖੜਦਾ ਨੀ, ਰੱਸੀ ਬੰਨ ਕੇ ਤਾਂ ਬੰਨੀ ਹੋਈ ਆ, ਪਜਾਮਾ ਬੰਨਿਆ ਹੋਇਆ ਰੱਸੀ ਦੇ ਨਾਲ, ਪਜਾਮਾ ਬੰਨਿਆ ਹੋਇਆ ਨੇ। ਕਿਹੜਾ ਇਹਨੂੰ ਟਰੰਕ ਦਿੱਤਾ ਹੋਇਆ ਤੂੰ, ਕਿਹੜੀ ਤੂੰ ਅਲਮਾਰੀ ਖੋਲ ਕੇ ਦਿੱਤੀ ਆ? ਰਾਤ ਨੂੰ ਸੌਂਦਾ ਪਤਾ ਕਿੱਥੇ ਆ? ਕਿਹੜੇ ਮੰਜੇ ਦਾ ਸੌਂਦਾ ਪਤਾ? ਅਸੀਂ ਰੋਜ਼ ਦੇਖ ਕੇ, ਅਸੀਂ ਉਈ ਨਹੀਂ ਆਏ, ਵੀਡੀਓ ਆ ਸਾਡੇ ਕੋਲੇ, ਪ੍ਰੂਫ ਆ, ਝੂਠ ਨਹੀਂ ਬੋਲਣਾ, ਸਾਡੇ ਕੋਲ ਪ੍ਰੂਫ ਆ। ਅਸੀਂ ਪਿਛਲੇ ਇੱਕ ਮਹੀਨੇ ਤੋਂ ਅਸੀਂ ਵਾਚ ਕਰਦੇ ਹਾਂ। ਆਹ ਬੰਦੇ ਨੂੰ ਤੁਸੀਂ ਗੋਹੇ ਨਾਲ ਗੋਹਾ ਕੀਤਾ ਹੋਇਆ, ਦੂਜੇ ਦੇ ਬੰਦੇ ਨੇ ਤੁਸੀਂ, ਉਹ ਵੀ ਮੈਂਟਲੀ ਆ, ਉਹ ਵੀ ਮੰਦ ਬੁੱਧੀ ਆ, ਤੁਹਾਨੂੰ ਹੀ ਮਿਲਦੇ ਕਮਲੇ ਸਾਰੇ, ਸਾਰੇ ਪੰਜਾਬ ਦੇ ਕਮਲੇ ਤੁਸੀਂ ਉਹ ਇਕੱਠੇ ਕਰ ਕਰਕੇ ਗੋਹਾ ਚੁਕਾਉਣ ਲਾ ਲਏ। ਹਾਂ ਹੋਰ ਕਿਹਨੇ ਕਰੇ ਆ? ਹੋਰ ਅਸੀਂ ਕੀਤੇ ਆ, ਤੁਹਾਨੂੰ ਦੱਸਦੇ ਹਾਂ ਅਸੀਂ ਕਰਦੇ ਹਾਂ ਤੁਹਾਡਾ ਤਾਂ ਕੰਮ। ਸ਼ਰਮ ਨਹੀਂ ਆਉਂਦੀ ਤੁਹਾਨੂੰ ਯਾਰ? ਤੇਰੇ ਆ ਬੱਚੇ ਆ, ਨਿੱਕੀ ਨਿੱਕੀ ਕੁੜੀ ਆ, ਤੂੰ ਕਿੰਨੇ ਪੈਸੇ ਕਮਾ ਲੇਗਾ ਓਏ, ਕਿੰਨੇ ਪੈਸੇ ਬਚਾ ਲੈਣਗੇ ਤੁਸੀਂ ਗਲੀ ਇਹਨਾਂ ਇਹੜੀ ਕਮਲਿਆਂ ਤੋਂ ਕੰਮ ਕਰਾ ਕਰਾ, ਜਿਹੜੀਆਂ ਤੁਸੀਂ ਕੋਠੀਆਂ ਪਾ ਲਈਆਂ, ਰਹਿੰਦੇ ਤਾਂ ਫਿਰ ਲੋਕਾਂ ਨੇ ਪਲਾਟ 'ਚ ਹੀ ਆ, ਰਹਿੰਦਾ ਫਿਰ ਰੋਡ 'ਤੇ ਹੀ ਆ, ਦਸ ਲੱਖ ਦੀਆਂ 20 ਲੱਖ ਦੀਆਂ ਮੱਝਾਂ ਹੋਣ ਦੇ ਬਾਵਜੂਦ ਵੀ ਤੁਸੀਂ ਰਹਿੰਦੇ ਤਾਂ ਐਂ ਆ ਸੜਕਾਂ 'ਤੇ ਹੀ। ਸਾਡਾ ਸਹਾਰਾ ਸਹੂਰਾ ਨਹੀਂ ਹੈਗਾ ਤੁਹਾਨੂੰ ਕੋਈ, ਸਾਡਾ ਸਹਾਰਾ ਹੁੰਦਾ ਤੁਸੀਂ ਘੱਟ ਇੱਥੇ ਕਿਸੇ ਘਰ ਪਾ ਕੇ ਮਜ਼ਦੂਰੀ ਕਰਦੇ, ਤੁਸੀਂ ਤੁਹਾਡਾ ਆਪਦਾ ਘਰ ਹੁੰਦਾ, ਟੱਪਰੀ ਵਾਸਦਾ ਹੁੰਦੇ ਕਿਤੇ ਉਹ ਪਿੰਡ 'ਚ, ਕਿਤੇ ਉਹ ਪਿੰਡ 'ਚ ਚੋਰੀਆਂ ਕਰਦੇ, ਤੁਸੀਂ ਤੁਰੇ ਫਿਰਦੇ ਆ ਗਰੀਬਾਂ ਦਾ ਹੱਕ ਮਾਰਦੇ ਹੋ ਤੁਸੀਂ। ਹੈਲੋ ਕਿੱਥੇ ਰਾਜੂ? ਅਸੀਂ ਨਾ ਆਪਣੇ ਪਿੰਡ ਗੁੱਜਰ ਨੇ ਜਿਹੜੇ ਸਰਪੰਚ ਦੀ ਜ਼ਮੀਨ 'ਚ ਬੈਠੇ, ਗੁੱਜਰ ਆਪਣੇ ਪਿੰਡ ਸਰਪੰਚ ਵਾਲੀ ਜ਼ਮੀਨ 'ਚ, ਇਹਨਾਂ ਨੇ ਨਾ ਬੰਦੇ ਰੱਖੇ ਹੋਏ ਗੁਲਾਮ ਬਣਾ ਕੇ, ਵਿਚਾਰੇ ਦੋ ਮੰਦ ਬੁੱਧੀ ਬੰਦੇ ਆ, ਕਮਲੇ ਬੰਦੇ, ਸਾਰਾ ਦਿਨ ਗੋਹਾ ਚੁਕਾਈ ਜਾਂਦੇ, ਉਹਨਾਂ ਨੂੰ ਕੁੱਟ ਕੁੱਟ ਕੇ ਨਾਸ ਮਾਰਿਆ ਪਿਆ। ਜਲਦੀ ਆਓ ਤੁਸੀਂ, ਇੱਥੇ ਆਓ ਕਿਹੜਾ ਫਟਾਫਟ, ਨਾਲੇ ਸਰਪੰਚ ਸਾਹਿਬ ਨੂੰ ਫੋਨ ਕਰ, ਸਰਪੰਚ ਸਾਹਿਬ ਨੂੰ ਬੁਲਾ ਇੱਥੇ। ਕਮਾਲ ਹੋ ਗਈ, ਉਹਨੂੰ ਆਪਣਾ ਨਾਮ ਹੀ ਨਹੀਂ ਪਤਾ। ਤੇਰਾ ਨਾਮ ਕਿਆ ਹੈ ਭਾਈ? ਛੋੜ ਦੇ ਬਸ ਸਭ ਕੰਮ, ਅਭੀ ਮਤ ਛੋੜ ਦੇ ਕੰਮ ਜੀ, ਅਭੀ ਡਰਨਾ ਨਹੀਂ ਹੈ ਇਨਸੇ, ਇਨ ਜੈਸੇ ਇਨਸਾਨੋ ਸੇ ਡਰਨਾ ਨਹੀਂ ਹੈ, ਜੇ ਇਨਸਾਨ ਨਹੀਂ ਹੈ ਹੈਵਾਨ ਹੈ ਜੀ, ਹਮ ਤੁਹਾਰੇ ਭਾਈ ਹੈ, ਮੇਰੀ ਬਾਤ ਸੁਣ ਲੈ ਧਿਆਨ ਸੇ, ਤੇਰੇ ਕੋ ਕੋਈ ਗੋਹਾ ਨਹੀਂ ਉਠਾਣਾ, ਤੇਰੇ ਕੋਈ ਮਾਰੇਗਾ ਨਹੀਂ, ਕੋਈ ਪੀਟੇਗਾ ਨਹੀਂ, ਅੱਜ ਕੇ ਬਾਅਦ ਤੇਰੇ ਕੋ ਗੋਬਰ ਉਠਾਣੇ ਕੀ ਜ਼ਰੂਰਤ ਨਹੀਂ ਹੈ, ਠੀਕ ਹੈ? ਤੇਰਾ ਨਾਮ ਕਿਆ ਹੈ? ਮੈਨੂੰ ਤੇਰੇ ਕੋ ਨਾਮ ਨਹੀਂ ਸਮਝ ਆਇਆ, ਕਿਆ ਨਾਮ ਹੈ ਤੁਹਾਰਾ? ਨਾਮ 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 ਕਿਆ ਹੈ ਪੂਰਾ? ਹੈ ਨਾਮ ਕਿਆ ਹੈ ਤੁਹਾਰਾ ਪੂਰਾ? ਕਿਆ ਤੰਗਰਾ ਵੀਰੀ? ਗਾਓ ਕਾ ਨਾਮ ਕਿਆ? ਗਾਓ ਗਾਓ ਭਾਈ, ਗਾਓ ਕਾ ਨਾਮ ਕਿਆ? ਗਾਓ ਕਾ ਨਾਮ ਬਤਾਓ, ਗਾਓ ਭਾਈ, ਤੇਰੇ ਗਾਓ ਕਾ ਨਾਮ ਕਿਆ ਹੈ? ਗਾਓ ਕਾ ਨਾਮ ਨਹੀਂ ਮਾਲੂਮ? ਆ ਦੇਖੋ ਜੀ ਇੱਧਰ ਆਹ ਮੱਝਾਂ ਵੀ ਆ ਗਈਆਂ, ਘੱਟੋ ਘੱਟ 100 ਮੱਝ ਇਹਨਾਂ ਨੇ ਰੱਖੀ ਹੋਈ ਆ, ਅਤੇ ਆਹ 100 ਮੱਝ ਦਾ ਗੋਹਾ ਇਹ ਚੁੱਕਦਾ, ਅਤੇ ਇਹ ਆ ਦੁੱਧ ਡਰੰਮਾਂ ਦੇ ਭਰ ਭਰ ਕੇ ਦੁੱਧ ਸ਼ਹਿਰ 'ਚ ਇੱਥੇ ਵੇਚ ਕੇ ਆਉਂਦੇ ਨੇ, ਰੋਜ਼ ਹਜ਼ਾਰਾਂ ਰੁਪਈਆਂ ਦਾ ਦੁੱਧ ਵੇਚਦੇ ਆ ਇਹ ਬੰਦੇ, ਅਤੇ ਇਹਨਾਂ ਗਰੀਬਾਂ ਨੂੰ ਕੋਈ ਦਿਹਾੜੀ 'ਤੇ ਬੰਦਾ ਨਹੀਂ ਰੱਖ ਸਕਦੇ, ਇਹਨਾਂ ਬੰਦਿਆਂ ਨੂੰ ਵਿਚਾਰਿਆਂ ਨੂੰ ਕਮਲਿਆਂ ਨੂੰ ਮੰਦ ਬੁੱਧੀਆਂ ਨੂੰ ਫੜ ਫੜ ਕੇ ਲਿਆਉਂਦੇ ਨੇ, ਅਤੇ ਕੁੱਟ ਕੁੱਟ ਕੇ ਇਹਨਾਂ ਤੋਂ ਕੰਮ ਕਰਾਉਂਦੇ ਨੇ।
ਸਾਧਕ ਸਾਧਕ ਜੀ ਨੂੰ ਸਰਦਾ ਕਾਕਾ ਮੈਂ ਵੀ ਸਰਦਾ ਤੈਨੂੰ ਮੈਂ ਦੱਸਦਾ ਅੱਜ ਤੁਹਾਡੀ ਮੈਂ ਤੁਹਾਡੀ ਉਹ ਰੇਲ ਬਣਾਉਣੀ ਆ ਪਹਿਲਾਂ ਉਹਨਾਂ ਨੂੰ ਪੁੱਛੋ ਸ਼ਾਹ ਜੀ ਕਿੱਥੇ ਆ ਗਏ ਆ ਨਹੀਂ ਆਉਂਦਾ ਦੇਖੋ ਬਾਹਰ ਨਿਕਲ ਗਏ ਚਾਬੀ ਦੇ ਕੇ ਸਿਖਾਇਆ ਹੋਇਆ ਉਹ ਆਪਦੇ ਕੰਮ ਦੇ ਪ੍ਰਤੀ ਇੰਨਾ ਡੈਡੀਕੇਟਡ ਆ ਵਿਚਾਰਾ ਤੇ ਉਹ ਸਾਡੇ ਆਖੇ ਵੀ ਨੀ ਲੱਗ ਰਿਹਾ ਵੀ ਉਹਨੂੰ ਇਹ ਵੀ ਨੀ ਲੱਗ ਰਿਹਾ ਵੀ ਮੈਨੂੰ ਅੱਜ ਛਡਾਉਣ ਆਏ ਨੇ ਜਾਂ ਮੇਰੀ ਮਦਦ ਕਰਨ ਆਏ ਨੇ ਉਹਨੂੰ ਕੋਈ ਫਰਕ ਨਹੀਂ ਇੱਥੇ ਆ ਜਾ ਹੁਣ ਗੋਹਾ ਨਹੀਂ ਚੱਕਣਾ ਤੂੰ ਆ ਜਾ ਹੈਲੋ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਆਪਣੇ ਗੁਜਰਾਂ ਦੇ ਬਾੜੇ 'ਚ ਆਏ ਹੋ ਜਗਦੀਪ ਸਰਪੰਚ ਵਾਲੀ ਜ਼ਮੀਨ 'ਚ ਆਇਓ ਮੇਰਾ ਵੀਰ ਬਣ ਕੇ ਇਹਨਾਂ ਨੇ ਦੋ ਬੰਦੇ ਰੱਖੇ ਹੋਏ ਯਾਰ ਗੁਲਾਮ ਬਣਾ ਕੇ ਕਰਾਂ ਨਾ ਕੁੱਟ ਕੁੱਟ ਕੇ ਨਾਸ ਮਾਰਿਆ ਪਿਆ ਇਹਨਾਂ ਨੇ ਆਇਓ ਸਰਪੰਚ ਵੀ ਆਉਂਦਾ ਆ ਗਏ ਜੀ ਉਹ ਮੱਝਾਂ ਲੈ ਕੇ ਆਵੇ ਨਾਲ ਹੀ ਜੀ ਮੱਝਾਂ ਹੱਕ ਕੇ ਨਾਲ ਲਿਆਓ ਫਟਾਫਟ ਸੋਨੇ ਇੱਥੇ ਆਉਣਗੀਆਂ ਇੱਕ ਵਾਰੀ ਤਾਂ ਹੁਣ ਚਾਹੇ ਉਤਰਲੀਆਂ ਹੀ ਆ ਹੈ ਤਾਂ ਤੁਹਾਡੇ ਹੀ ਆ ਵੀ ਜਾਣਾ ਨੀ ਕਿਤੇ ਮੈਂ ਤੈਨੂੰ ਦੱਸਤੀ ਇੱਥੋਂ ਹਿੱਲਣਾ ਨੀ ਗਾ ਹੁਣ ਹਿੱਲਣਾ ਨੀ ਇੱਥੋਂ ਬਹਿਮ ਚ ਨਾ ਰਹਿ ਜੀ ਜਾਣਾ ਨੀ ਕਿਤੇ ਵੀ ਕੋਈ ਗੱਲ ਨੀ ਤੇਰੀ ਜਾਨ ਤੈਨੂੰ ਮੈਂ ਦੱਸਦਾ ਮੈਂ ਇਹਦੀ ਮਾਂ ਦੱਸੋ ਕਿੱਥੇ ਆ ਵਿਚਾਰੇ ਦੀ ਤੇਰਾ ਪਿਓ ਦੱਸੋ ਕਿੱਥੇ ਆ ਤੁਸੀਂ ਨਾਲ ਹੀ ਹੋ ਇਹ ਕੌਣ ਆ ਬੰਦਾ ਤੁਹਾਡਾ ਰੱਖਿਆ ਜਿਹੜਾ ਮੈਂ ਲਾਲ ਰੰਗ ਕਰਕੇ ਨੀ ਹਰਨਾ ਤੁਸੀਂ ਆਪਣੀਆਂ ਆਵਾਜ਼ ਨੀ ਆਉਂਦੇ ਆਦਤਾਂ ਤੋਂ ਸਾਡੇ ਗੁਰੂਆਂ ਨੇ ਵੀ ਤੁਹਾਡੇ ਮਗਰ ਲੱਗੇ ਰਹੇ ਅਸੀਂ ਵੀ ਤੁਹਾਡੇ ਮਗਰ ਹੀ ਆ ਤੈਨੂੰ ਛੱਡਣਾ ਨੀ ਮੇਰੀ ਗੱਲ ਸੁਣੋ ਤੁਸੀਂ ਗੁਲਾਮ ਬਣਾ ਬਣਾ ਬੰਦਿਆਂ ਨੂੰ ਰੱਖਦੇ ਆ ਤੈਨੂੰ ਸ਼ਰਮ ਨੀ ਆਉਂਦੀ ਤੈਨੂੰ ਝੂਠ ਮਾਰਦਿਆਂ ਨੂੰ ਵੀਰੇ ਆਪਾਂ ਕਿੰਨੇ ਸਾਲ ਹੋ ਗਏ ਤੇਰੀ ਭੈਣ ਕਿੱਥੇ ਪਈ ਹੈ ਦੱਸ ਅੰਬਰਸਰ ਕਿਹੜੇ ਪਿੰਡ ਪਿੰਡ ਹੈ ਮਨ ਵਾਲੀ ਮਨ ਵਾਲੀ ਪਿੰਡ ਚ ਦੱਸ ਹਾਂ ਮਨ ਵਾਲੇ ਪਿੰਡ ਸਰ ਲਾ ਫੋਨ ਮਨ ਵਾਲੇ ਪਿੰਡ ਲਾ ਗੱਲ ਕਰਾ ਕਰਾ ਗੱਲ ਕਰਾ ਦਿੰਦੇ ਗੱਲ ਫੋਨ ਲਾ ਭੈਣ ਨੂੰ ਮੰਜੀ ਤੇ ਨੀ ਪੈਣਾ ਤੂੰ ਫੋਨ ਲਾ ਜਿਹੜੀ ਵੀਰੇ ਸਾਰਾ ਕੁਝ ਲਾ ਦੇ ਲਾ ਲਾ ਫੋਨ ਕਰ ਦੇ ਆਪਾਂ ਕਿਹੜਾ ਯਾਰ ਆਪਾਂ ਮੈਂ ਕੀ ਅੰਦਰ ਨਾ ਕੀ ਭਾਈ ਮੱਖਣਾ ਤੈਨੂੰ ਮੈਂ ਦੱਸਦਾ ਮੱਖਣ ਕੀ ਹੁੰਦਾ ਵਾ ਤੁਸੀਂ ਮੱਖਣ ਵੇਚ ਵੇਚ ਕੇ ਮੱਖਣ ਨਾ ਰੱਖ ਲਿਆ ਵਿਚਾਰੇ ਦੇਖ ਹਾਲਾਤ ਕੀ ਆ ਇਹਨਾਂ ਦੇ ਉਰੇ ਭਾਈ ਉਰੇ ਇੱਕ ਮਿੰਟ ਆ ਜਾ ਉਰੇ ਆ ਜਾ ਬੜੇ ਉਹਨੂੰ ਚਾਬੀ ਫੜੋ ਉਧਰ ਦੀ ਲੈ ਆਇਓ ਬਾੜੇ ਚ ਉਧਰ ਲਈ ਚਲੇ ਗਏ ਨਾ ਕਮਾਲ ਹੋ ਗਈ ਮੈਂ ਉਹਨਾਂ ਨਾਲ ਕੀ ਇਹਨਾਂ ਇੱਥੇ ਲਿਆਵੇ ਮੱਝਾਂ ਨੂੰ ਚੱਲ ਲਿਆ ਉਰ ਨਾਲ ਜਾ ਕੇ ਕਾਕੇ ਇੱਥੇ ਲਿਆਵੇ ਛੋਟਾ ਵੀ ਆ ਲਿਆ ਛੋਟਾ ਉਹ ਇੱਥੇ ਆ ਕਾਕੇ ਹਮਨੇ ਮੱਝਾਂ ਆ ਕਾਕੇ ਇੱਥੇ ਲੈ ਕੇ ਆਓ ਪਤਾ ਸੜਕ ਤੇ ਉੱਥੋਂ ਦੀ ਐ ਲੈ ਆਓ ਕਿਹੜਾ ਪਿੰਡ ਕਿਹੜਾ ਤੇਰਾ ਪਿੰਡ ਕਿਹੜਾ ਪਿੰਡ ਇਹੋ ਹੀ ਹੈ ਜਿੱਥੇ ਆ ਬੰਦੇ ਨੂੰ ਕਿੰਨੇ ਸਾਲ ਤੋਂ ਦੇਖਦਾ ਤੂੰ ਇੱਥੇ ਸੱਚ ਦੱਸੀ ਮੇਰੀ ਗੱਲ ਸੁਣ ਲੈ ਕਿ ਧਿਆਨ ਨਾਲ ਕਿੰਨੇ ਸਾਲ ਤੋਂ ਦੇਖਦਾ ਇੱਥੇ ਇਹਨਾਂ ਦੇ ਨਾਲ ਕਿੰਨੇ ਸਾਲ ਤੋਂ ਇਹ ਬੰਦਾ ਦੇਖਦਾ ਸੱਚ ਦੱਸ ਦੇ ਤੈਨੂੰ ਜਾਣ ਦੇ ਦਾਂਗੇ
ਦੇਖੋ ਜੀ ਇੱਕ ਹੋਰ ਆ ਮੰਦ ਬੁੱਧੀ ਬੰਦਾ ਵਿਚਾਰਾ ਮੱਝਾਂ ਉਧਰ ਬਾੜੇ ਛੱਡ ਕੇ ਲੈ ਆਇਆ ਲਿਆਓ ਜੀ ਲਿਆਓ ਇਹਨੂੰ ਵੀ ਲਿਆਓ ਇਹ ਬੰਦੇ ਦੇ ਹਾਲਾਤ ਇੱਧਰ ਵੀ ਲਿਆਓ ਜੀ ਇੱਧਰ ਵੀ ਸਤਨਾਮ ਇਹਨਾਂ ਨੇ ਕੋਲੇ ਖੜ ਗਈ ਵੀਡੀਓ ਬਣਾਈ ਚੱਲ ਖੜਨਾ ਨੀ ਮੇਰਾ ਪੁੱਤ ਤੂੰ ਜੋ ਵੀ ਬੋਲਦੇ ਰਿਕਾਰਡ ਕਰਨਾ ਵਾ ਕੋਲੇ ਖੜ ਉੱਥੇ ਸੋਨੀ ਦੇਖੋ ਜੀ ਆ ਬੰਦੇ ਦੇ ਹਾਲਾਤ ਦੇਖੋ ਇਹਨਾਂ ਨੂੰ ਮਿਲਦੇ ਆ ਕਮਲੇ ਇਹਨਾਂ ਨੂੰ ਹੀ ਮਿਲਦੇ ਆ ਸਟੇਸ਼ਨਾਂ ਤੋਂ ਕਮਲੇ ਇੱਕ ਕਹਿੰਦਾ ਜੀ ਸੜਕ ਤੇ ਤੁਰਿਆ ਜਾਂਦਾ ਫੜ ਲਿਆ ਇੱਕ ਕਹਿੰਦਾ ਜੀ ਸਟੇਸ਼ਨ ਤੋਂ ਫੜ ਕੇ ਲੈ ਕੇ ਆਏ ਸੀ ਇੱਕ ਕਹਿੰਦਾ ਜੀ ਮਾਨਾ ਵਾਲੀ ਭੈਣ ਤੋਂ ਲੈ ਕੇ ਆਏ ਸੀ ਕੀ ਹਾਲ ਨੇ ਬਾਈ ਪਹਿਚਾਣ ਲਿਆ ਉਸ ਦਿਨ ਮਿਲਿਆ ਥਾ ਨਾ ਮੈਨੂੰ ਤੇਰੇ ਕੋ ਹਾਂ ਮੈਨੇ ਤੇਰੇ ਕੋ ਬੋਲਾ ਥਾ ਤੇਰੀ ਮੈਂ ਹੈਲਪ ਕਰੇਂਗੇ ਠੀਕ ਹੈ ਤੂੰ ਕਿਤਨੇ ਦੇਰ ਸੇ ਇੱਧਰ ਹੈ ਚਾਰ ਪੰਜ ਸਾਲ ਹੋ ਗਏ ਹਮ ਤੇਰੇ ਕੋ ਛੁਡਵਾਣੇ ਆਏ ਹਾਂ ਜਹਾਂ ਸੇ ਤੇਰੇ ਕੋ ਆਜ਼ਾਦ ਕਰਵਾਣੇ ਕੇ ਲਈ ਆਏ ਹਾਂ ਤੇਰੇ ਕੋ ਤਨਖਾਹ ਦਿੱਤੇ ਕੋਈ ਕਿਤਨੀ ਤਨਖਾਹ ਦਿੱਤੇ ਕਿਤਨੇ ਨੇ ਮਾਲਕ ਸੇ ਨਹੀਂ ਪੁੱਛਦਾ ਤੂੰ ਬੋਲੋ ਇੱਧਰ ਮੇਰੀ ਤਰਫ ਦੇਖੋ ਕਿਤਨੀ ਤਨਖਾਹ ਦਿੱਤੇ ਮੇਰੀ ਤਰਫ ਦੇਖੋ ਮੇਰੀ ਡਰਨਾ ਨਹੀਂ ਆਬ ਇਨਸੇ ਆਬ ਇਨਕੇ ਜਹਾਂ ਤੂੰ ਕੰਮ ਨਹੀਂ ਕਰੇਗਾ ਜ਼ਿੰਦਗੀ ਮੇਂ ਕਭੀ ਵੀ ਇਨਕੋ ਇਹਦੇ ਜੇਲ ਜਾ ਰਹੇ ਹੈ ਜੀ ਲੋਗ ਇਹਨਾਂ ਨੇ ਇਸ ਬੰਦੇ ਕੋ ਕਮਲੇ ਬੰਦੇ ਕੋ ਕੂਟ ਕੂਟ ਕੇ ਕੰਮ ਕਰਵਾ ਰਹੇ ਹੈ ਜੇਲ ਜਾਏਗਾ ਵੀ ਤੇਰੇ ਕੋ ਡਰਨੇ ਕੀ ਜ਼ਰੂਰਤ ਨਹੀਂ ਹੈ ਇਨਸੇ ਅਭੀ ਤੇਰੇ ਕੋ ਕਿਤਨੀ ਤਨਖਾਹ ਦਿੱਤੇ ਹੈ ਇੱਧਰ ਕੋਈ ਤਨਖਾਹ ਦਿੱਤੇ ਸੱਚ ਬਤਾਉਣਾ ਹੈ ਨਹੀਂ ਦਿੱਤੇ ਨਾ ਨਹੀਂ ਦਿੱਤੇ ਨਾ ਸੱਚ ਬਤਾਉਣਾ ਹੈ ਫਿੱਟ ਕੀਤਾ ਹੋਇਆ ਕੁੱਟ ਕੁੱਟ ਕੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਡਰਦੇ ਬੰਦੇ ਇਹ ਵੀ ਨਹੀਂ ਕਹਿ ਰਹੇ ਵਿਚਾਰੇ ਵੀ ਸਾਨੂੰ ਕਿੱਦਾਂ ਰੱਖਿਆ ਹੋਇਆ ਇੱਕ ਇਹ ਵਿਚਾਰੇ ਦੇ ਹਾਲਾਤ ਅੱਗੇ ਮੈਂ ਕਈ ਦਿਨਾਂ ਤੋਂ ਇਹਨੂੰ ਅੱਗੇ ਇੱਕ ਦਿਨ ਵੀ ਮੈਂ ਰੋਕਿਆ ਉੱਦਣ ਵੀ ਇਹਨੂੰ ਮੈਂ ਪੁੱਛਿਆ ਵੀ ਕਾਕਾ ਤੇਰੇ ਹਾਲਾਤ ਕੀ ਆ ਆਹ ਦੇਖੋ ਇਹ ਬੰਦਾ ਵਿਚਾਰਾ ਆਹ ਮੱਝਾਂ ਚਾਰਦਾ ਆ ਆਹ ਲੱਕ ਉੱਥੋਂ ਲੱਕੜਾਂ ਇਕੱਠੀਆਂ ਕਰਦਾ ਦੇਖੋ ਨਾਲ ਕਿਉਂਕਿ ਆਏ ਦੇ ਛਿੱਤਰ ਪੈਣੇ ਆ ਜੇ ਭਾਂਡਿਆਂ 'ਚ ਲੱਕੜਾਂ ਰੋਟੀ ਜੋਗੀਆਂ ਨਾ ਵੱਢ ਕੇ ਲੈ ਕੇ ਆਇਆ ਲੋਕਾਂ ਦੇ ਖੇਤਾਂ 'ਚੋਂ ਲੋਕਾਂ ਦੇ ਪਲਾਟਾਂ ਦੇ ਵਿੱਚੋਂ ਸੁੱਕੀਆਂ ਲੱਕੜਾਂ ਵੀ ਇਕੱਠੀਆਂ ਕਰਕੇ ਲੈ ਕੇ ਆਉਣੀਆਂ ਪੈਂਦੀਆਂ ਇਹਨੂੰ ਵਿਚਾਰੇ ਨੂੰ ਆਹ ਸਾਡੇ ਬੰਦੇ ਨਾਲ ਗਏ ਸੀ ਮਗਰ ਲੱਗੇ ਸੀ ਜਿੱਥੇ ਵੀ ਕਿਤੇ ਕੋਈ ਦਰਖਤ ਡਿੱਗਿਆ ਹੋਇਆ ਆਹ ਮਾਲਕ ਨੇ ਜੀ ਡੰਡਾ ਲੈ ਕੇ ਨਾਲ ਘੁੰਮਦੀ ਆ ਵੀ ਭੱਜ ਨਾ ਜਾਵੇ ਆਹ ਦੇਖੋ ਨਹੀਂ ਇਹਨੂੰ ਇਹ ਤੋਂ ਮਾਤਾ ਨੇ ਫੜ ਲਿਆ ਤੇ ਯਾਨੀ ਕਿ ਆਹ ਮਾਂ ਜਿਹੜੀ ਪਿੱਛੇ ਤੁਰੀ ਆਉਂਦੀ ਆ ਇਹਦਾ ਪੁੱਤ ਇਹਦੇ ਪੁੱਤ ਨੂੰ ਕੋਈ ਗੁਲਾਮ ਬਣਾ ਕੇ ਰੱਖੀ ਨਾ ਜੀ ਫਿਰ ਇਹਨਾਂ ਨੂੰ ਪਤਾ ਲੱਗੇ ਇਹਨਾਂ ਨੂੰ ਸ਼ਰਮ ਆਵੇ ਇਹਨਾਂ ਨੂੰ ਆਹ ਦੇਖੋ ਇਹਨਾਂ ਨੂੰ ਸ਼ਰਮ ਆਵੇ ਇਹਨਾਂ ਨੂੰ ਪੰਜਾਬ ਦੇ ਵਿੱਚ ਰਹਿੰਦੇ ਇਹ ਆਹ ਹਿੰਦੁਸਤਾਨ ਦੇ ਵਿੱਚ ਰਹਿੰਦੇ ਆਦਤਾਂ ਤੋਂ ਬਾਜ਼ ਨਹੀਂ ਆਉਂਦੇ ਮੈਨੂੰ ਲੱਗਦਾ ਇਹ ਪਾਕਿਸਤਾਨੀ ਆ ਇਹ ਆਈ ਪਾਕਿਸਤਾਨ ਤੋਂ ਕਿਉਂਕਿ ਇਹਨਾਂ ਦਾ ਕੋਈ ਆਈਡੈਂਟੀ ਪਰੂਫ ਨਹੀਂ ਹੈਗਾ ਜੀ ਇਹਨਾਂ ਦੀਆਂ ਕੋਈ ਪਤਾ ਨਹੀਂ ਕਿਹੜੇ ਪਿੰਡੋਂ ਆ ਕਿਤੇ 10 ਮਹੀਨੇ ਕਿਹੜੇ ਪਿੰਡ ਲਾਉਂਦੇ ਆ ਆ ਜਾ ਵੀਰੇ ਆ ਜਾ ਅੱਗੇ ਆ ਜਾ ਇਹ ਧਿਆਨ ਰੱਖਿਓ ਡਰਦਾ ਵਿਚਾਰਾ ਭੱਜ ਨਾ ਜਾਵੇ ਕਿਤੇ ਧਿਆਨ ਰੱਖਿਓ ਖਾਸ ਤੇ ਇਹ ਬੰਦੇ ਇਹਨਾਂ ਨੂੰ ਦੋ ਕਮਲੇ ਮਿਲੇ ਹੋਏ ਆ ਜੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਿਹੜੀ ਮਰਜ਼ੀ ਚਲੇ ਜਾਈਏ ਆਪਾਂ ਅੱਜ
ਹਰੇਕ ਰਿਸ਼ਤੇਦਾਰੀ ਜਿਨ੍ਹਾਂ ਦੇ ਇੱਦਾਂ ਦੋ ਦੋ ਤਿੰਨ ਤਿੰਨ ਬੰਦੇ ਰੱਖੇ ਹੋਏ ਆ, ਪ੍ਰਧਾਨ ਜੀ ਆ ਬੰਦਾ ਇਹਨਾਂ ਨੇ ਰੱਖਿਆ ਹੋਇਆ, ਇੱਕ ਉਹ ਬੰਦਾ ਵਿਚਾਰਾ ਆ ਖੜਾ ਆ ਜਾ ਇੱਥੇ, ਇਹਨੂੰ ਆਪਣਾ ਨਾਮ ਵੀ ਨਹੀਂ ਪਤਾ ਵਿਚਾਰੇ ਨੂੰ ਕੀ ਆ, ਇਹਨੂੰ ਇੰਨੀ ਵੀ ਸੁਰਤ ਨਹੀਂ ਹੈਗੀ ਵੀ ਇਹਦਾ ਨਾਮ ਕੀ ਆ। ਉਹ ਕਹਿੰਦਾ ਤਨਖਾਹ ਦਿੰਦਾ ਮੈਂ ਵੀਰੇ। ਕੌਣ ਕਹਿੰਦਾ? ਕਿੰਨੀ ਤਨਖਾਹ ਦਿੰਦਾ? ਕਿੰਨੀ ਤਨਖਾਹ ਦਿੰਦਾ? ਬੋਲਣਾ ਨਹੀਂ, ਤਨਖਾਹ ਕਿੰਨੀ ਦਿੰਦਾ? ਮੈਂ ਤਾਂ ਪੁੱਛਿਆ, ਵੀਡੀਓ ਆ ਮੇਰੇ ਕੋਲ। ਮੈਂ ਕਿਹਾ 200 ਰੁਪਇਆ ਡੇਲੀ ਦਿੰਦਾ। ਡੇਲੀ ਦਿੰਦਾ? ਕਿੱਥੇ ਜਾਵਾਂ? ਫਿਰ ਕਿੱਥੇ ਜਾਂਦਾ ਇਹ? 200 ਰੁਪਇਆ ਕਿੱਥੇ ਜਾਵਾਂ? ਝੂਠ ਮੈਂ ਮੱਖਣਾ ਤੈਨੂੰ ਦੱਸਦੀ ਗੱਲ, ਮੇਰੇ ਕੋਲ ਬਜ਼ੁਰਗੀ ਨਾ ਦਿਖਾਈ ਜਾਂਦੀ। ਕਿਹੜੀ ਬੈਂਕ ਜਮ੍ਹਾਂ ਹੁੰਦੇ ਨੇ ਪੈਸੇ? ਬੈਂਕ ਚ ਪੁੱਛ ਲੈ। ਕਿਹੜੀ ਬੈਂਕ ਚ ਜਮ੍ਹਾਂ ਹੁੰਦੇ ਪੈਸੇ? ਕਿੱਥੇ ਆ ਬੈਂਕ? ਪਿੰਡ ਚ ਮੇਰੇ ਵੀਰਾ, ਇਹਨੂੰ ਕਿਹੜੀ ਬੈਂਕ ਚ ਜਮ੍ਹਾਂ ਹੁੰਦੇ ਆ ਪੈਸੇ? ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲੈ ਜੀ ਆ ਬੰਦਾ। ਆ ਪਿੰਡ ਦਾ ਨਹੀਂ ਬੰਦਾ? ਅਹੀ ਦਾ ਮੈਂ ਦੇਖਿਆ ਹੀ ਅੱਜ ਪਿੰਡ ਚ ਝੂਠ ਮਾਰੀ ਜਾਣਾ ਤੂੰ। ਨਹੀਂ ਅਸੀਂ ਕਿੱਥੇ ਜਮ੍ਹਾਂ ਕਰਾਉਂਦਾ 200 ਰੁਪਏ ਰੋਜ਼ ਦਾ? 200 ਰੁਪਇਆ ਦੇਖ ਲੈ ਇਹਦੇ ਚ ਹੁਣ ਵੀ ਹੋਣੀਆਂ ਦੇਖ। ਹਾਂ ਕਿੱਥੇ ਜਮ੍ਹਾਂ ਕਰਾਉਂਦਾ? ਪੁੱਛ ਲੈ ਇਹਨੂੰ। ਹਾਂ ਕੱਢ ਕੱਢ ਕਰਦਾ। ਪੈਸੇ ਹੈਗੇ ਤੇਰੇ ਕੋਲੇ? ਹਾਂ ਕੱਢ ਵੀ ਪਾਏ ਨੇ ਕੋਲੇ। ਕਿੰਨੇ? 25000 ਹੋ 30000 ਹੋ? ਇਹ ਰੋਜ਼ ਦੇ ਰੋਜ਼ ਖਾ ਜਾਂਦਾ। ਕੀ ਕਰਦਾ? ਉਹ ਕਮਾਲ ਵੀ ਇੱਥੋਂ ਦਾ ਨਿਕਲ ਨਹੀਂ ਦਿੰਦਾ। ਮੈਂ ਡੰਡਾ ਕੱਢ ਲੈਣਾ ਗੱਡੀ ਚੋਂ। ਮੈਂ ਕਿਹਾ ਗੱਜ ਵੀਰੇ, ਫੇਰ ਝੂਠ ਕਾਹਤੋਂ ਮਾਰੀ ਜਾਂਦੇ ਤੂੰ? ਝੂਠ ਮਾਰਨੇ ਨਹੀਂ ਹੈਗਾ ਆਪਾਂ। ਜੇ ਝੂਠ ਮਾਰਨਾ ਹੈ, ਅਰੇਗਾ ਗਰੀਬ ਬੰਦੇ ਦੇ ਕੋਲੇ ਆ 20 30 ਰੁਪਏ ਕਿੰਨੇ ਆ? 200 ਰੁਪਇਆ ਵੀਰੇ ਆਪਾਂ ਕਹਿੰਦੇ 200 ਰੁਪਇਆ ਦਿੰਦਾ ਇਹਨੂੰ ਡੇਲੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀ ਨੇ, ਕੀ ਹਾਲ ਨੇ? ਆ ਦੇਖੋ ਆ ਬੰਦੇ ਨੂੰ, ਵਿਚਾਰੇ ਨੂੰ ਬੋਲ ਵੀ ਨਹੀਂ ਹੁੰਦਾ। ਇਹ ਤਾਂ ਅਸੀਂ 3 ਮਹੀਨੇ 1.5-2 ਮਹੀਨੇ ਹੋ ਗਏ ਇਹਨੂੰ ਆਇਆ ਨੂੰ, ਉਦੋਂ ਤੋਂ ਦੇਖਦੇ ਆ ਇਹਦੇ ਚੀਕਾਂ ਸੁਣਦੀਆਂ ਉੱਥੇ ਤੱਕ ਇਹਨੂੰ ਕੁੱਟਦੇ ਆ। ਅਸੀਂ 1.5 ਮਹੀਨੇ ਤੋਂ ਮੈਂ ਵਾਚ ਕਰ ਰਿਹਾ ਇਹਨਾਂ ਨੂੰ। ਅਸੀਂ ਕਿਹਾ ਵੀ ਕੋਈ ਨਾ ਆਪਾਂ ਪ੍ਰੋਪਰ ਹੱਥ ਪਾਉਣਾ ਇਹਨਾਂ ਨੂੰ, ਐਂ ਨਹੀਂ ਪਾਉਣਾ। ਨਹੀਂ ਠੀਕ ਹੈ, ਇਹ ਗੋਹਾ ਚੱਕਦਾ ਵਿਚਾਰਾ, ਹੁਣ ਉਹ ਕੜਾਈਆ ਭਰੀ ਜਾਂਦਾ ਸੀ। ਹੁਣ ਵੀ ਇੱਥੇ ਸਾਡੇ ਆਉਂਦੇ ਹੁੰਦੇ ਤੋਂ ਵੀ ਇਹਨੇ 10 ਕੜਾਈਏ ਭਰ ਕੇ ਸਿਰ ਤੇ ਵਿਚਾਰੇ ਨੇ, ਕੋਈ ਤਨਖਾਹ ਨਹੀਂ ਦਿੰਦੇ। ਇਹ ਕੁੜੀ ਕਹਿੰਦੀ ਆ ਜੀ ਇਹਨੂੰ ਅਸੀਂ ਰੋਡ ਤੋਂ ਫੜ ਕੇ ਲੈ ਕੇ ਆਏ ਹਾਂ, ਕਮਲਾ ਰੋਡ 'ਚ ਰਹਿ ਜਾਂਦਾ ਸੀ। ਦੂਜਾ ਆਇਆ ਕਿ ਇਹਨਾਂ ਦਾ ਮੈਂਬਰ, ਉਹ ਕਹਿੰਦਾ ਜੀ ਅਸੀਂ ਸਟੇਸ਼ਨ ਤੋਂ ਲੈ ਕੇ ਆਏ। ਉਰੇ ਇੱਧਰ ਕਾਕਾ ਸਟੇਸ਼ਨ ਤੋਂ ਲੈ ਕੇ ਆਏ ਹਾਂ। ਆਹ ਜਿਹੜਾ ਮੱਖਣ ਕਹਿੰਦਾ ਆਪਣੇ ਆਪ ਨੂੰ, ਇਹ ਕਹਿੰਦਾ ਮਨ ਵਾਲੇ ਮੇਰੀ ਭੈਣ ਦੇ ਵੀ ਅੰਮ੍ਰਿਤਸਰ, ਅਸੀਂ ਉੱਥੋਂ ਲੈ ਕੇ ਆਏ 1 ਸਾਲ ਪਹਿਲਾਂ। ਇਹ ਕੀ ਕਰਦੇ ਆ? ਬੰਦੇ ਰੱਖੇ ਹੋਏ ਆ, ਜਿਵੇਂ ਸਾਲ ਇੱਥੇ ਲਵਾ ਲਿਆ, ਸਾਲ ਦੂਜੇ ਕੋਲ ਛੱਡਿਆ ਹੁੰਦਾ, ਉਹਦੇ ਵਾਲਾ ਇੱਥੇ ਲੈ ਜਾਂਦਾ। ਇੱਦਾਂ ਕਰਦੇ ਘੁਮਾਈ ਜਾਂਦੇ ਆ ਬੰਦਿਆਂ ਨੂੰ। ਕਮਲੇ ਬੰਦੇ ਜਿਹੜੇ ਸੜਕਾਂ ਤੇ ਫਿਰਦੇ, ਮੰਨ ਲਓ ਆਪਣਾ ਕੋਈ ਮੰਦ ਬੁੱਧੀ ਗੁੰਮ ਜਾਵੇ, ਮੰਨ ਲਓ ਤੁਹਾਡੇ ਆਪਣੇ ਰਿਸ਼ਤੇਦਾਰੀ ਭਾਵੇਂ ਹੋਵੇ ਤੇ ਆਪਣੇ ਘਰਾਂ 'ਚ ਮੰਦ ਬੁੱਧੀ ਬੱਚੇ, ਆਪਾਂ ਮੈਂਟਲ ਬੰਦਾ ਨਿਕਲ ਜਾਂਦਾ ਘਰੋਂ। ਇੱਦਾਂ ਦੇ ਬੰਦੇ ਰੱਖਦੇ ਉਹਨਾਂ ਨੂੰ ਇਹ ਬਾੜਿਆਂ 'ਚ, ਸਾਰੀ ਸਾਰੀ ਉਮਰ ਕੁੱਟ ਕੁੱਟ ਕੇ ਉਹਨਾਂ ਨੂੰ ਕੰਮ ਕਰਾਉਂਦੇ ਆ। ਸਿੰਗਲ ਲਾਲ ਨੇ ਰਾਤ ਨੂੰ ਗਿੱਟੇ ਨੂੰ ਤੇ ਸਵੇਰੇ ਉਹ ਖੋਲ ਦਿੰਦੇ ਆ, ਸਾਰਾ ਦਿਨ ਗੋਹਾ ਚਕਾਉਂਦੇ ਆ, ਸਾਰਾ ਦਿਨ ਕੁੱਟ ਕੁੱਟ ਕੇ ਕੰਮ। ਆਹ ਉਹਦਾ ਸਾਹਮਣੇ ਹੀ ਆ, ਉਹਦਾ ਕਿਹੜਾ ਬੰਦਾ ਦਿਖੀ ਜਾਂਦਾ? ਉਹ ਕੰਮ ਨਹੀਂ ਬੋਲਦਾ ਨਾ। ਆ ਜਾ ਉਰੇ, ਤੂੰ ਬੋਲ ਕੇ ਦੱਸ ਕੁਛ, ਤੈਨੂੰ ਦਿੰਦਾ 200 ਰੁਪਇਆ ਹਰ ਰੋਜ਼। ਸੱਚ ਬੋਲਣਾ ਹੈ, ਜੇ ਤੂੰ ਜੇਲ੍ਹ ਜਾ ਰਹੇ ਹੋ, ਜੇ ਜੇਲ੍ਹ ਜਾਏ ਤੂੰ ਵੀ ਜੇਲ੍ਹ ਜਾਏਗਾ ਸਾਥ ਮੈਂ ਝੂਠ ਨਹੀਂ ਬੋਲਣਾ। ਮੈਨੂੰ ਪੁੱਛ ਰਿਹਾ ਸੀ ਪੈਸੇ ਦੇਣ ਬਾਰੇ। ਚੁੱਪ ਕਰ ਜਾ, ਤੂੰ ਨਹੀਂ ਪੁੱਛਿਆ, ਤੂੰ ਨਹੀਂ ਪੁੱਛਿਆ, ਤੂੰ ਨਹੀਂ ਪੁੱਛਿਆ। ਜੇ ਤੈਨੂੰ ਸੱਚ ਬਤਾਣਾ, ਸੱਚ ਕਹਿ, ਸੱਚ ਬਤਾਣਾ ਹੈ। ਉਹ ਤੇ ਹੈ ਹੀ ਨਹੀਂ, ਕਿਹਾ ਨਹੀਂ ਨਹੀਂ, ਸੱਚ ਬਤਾਣਾ ਹੈ। ਬੋਲੋ ਯਾਰ, ਸੱਚ ਨਹੀਂ ਦੱਸਦੇ ਨਾ? ਨਹੀਂ ਦੱਸ, ਨਹੀਂ ਦੱਸਦੇ ਨਾ? ਨਹੀਂ ਦੇਤੇ ਨਾ ਬੇਟਾ, ਸਾਡੇ ਨਾਲ ਨਹੀਂ ਲੈਣਾ ਨਾਲ। ਤੈਨੂੰ ਬੋਲਾ ਤਾਂ ਨਾ, ਤੂੰ ਮੇਰੇ ਸਾਥ ਜਾਏਗਾ, ਤੂੰ ਜਾ ਨਹੀਂ ਰਹਿਣਾ। ਅਬ ਤੂੰ ਮੇਰੇ ਸਾਥ ਜਾਏਗਾ, ਤੈਨੂੰ ਸੇਵਾ ਕਰੇਗਾ, ਕੋਈ ਕੰਮ ਨਹੀਂ ਕਰਨਾ, ਫ੍ਰੀ ਮੇ ਤੇਰੀ ਸੇਵਾ ਹੋਗੀ। ਮੈਂ ਦੱਸੂਗਾ ਸਾਰਾ ਕੁਝ। ਬੋਲਣਾ ਨਹੀਂ ਮੱਖਣਾ, ਬੋਲਣਾ ਨਹੀਂ ਤੈਨੂੰ ਮੈਂ ਕਹਿੰਦਾ। ਉੱਧਰ ਜਾ, ਸਾਡੀ ਕਿਤੇ ਭਲਵਾਨ ਸੀ ਨੂੰ ਕਿਤੇ ਉਹਨਾਂ ਸਮਝ ਲਈ ਤੂੰ। ਉੱਧਰ ਜਾ ਤੂੰ। ਹਾਂ ਦਿੱਤੇ ਨਹੀਂ ਇਹਨੇ ਕੁਝ, ਨਹੀਂ ਦਿੱਤੇ ਨਾ ਕੁਝ। ਸੱਚ ਦੇ, ਕਿੰਨਾ ਡਰਿਆ ਹੋਇਆ ਬੰਦਾ। ਹਾਂ ਹਾਂ, ਕਿੰਨਾ ਡਰਿਆ ਹੋਇਆ ਬੰਦਾ, ਪਤਾ ਨਹੀਂ ਕਿੰਨੀ ਵਾਰੀ ਇਹ ਗੱਲ ਪਿੱਛੇ ਕੁੱਟਿਆ ਹੋਣਾ ਇਹ ਬੰਦਾ। ਆ ਬੰਦੇ ਨੂੰ ਵਿਚਾਰਿਆਂ ਨੂੰ ਇਹ ਵੀ ਨਹੀਂ ਸੁਰਤੇ ਹੈ ਹੁਣ ਕੰਮ ਵਾਲਾ ਥੋੜੀ ਆ ਵਿਚਾਰਾ। ਹਾਂ ਇਹ ਤਾਂ ਤੁਰ ਨਹੀਂ ਹੁੰਦਾ। ਤੇਰਾ ਨਾਮ ਕਿਆ ਹੈ? ਨਾਮ ਕਿਆ ਹੈ ਤੇਰਾ? ਨਾਮ ਕਿਆ ਹੈ? ਗਾਂ ਸੇ ਹੈ ਤੂੰ? ਕਹਾਂ ਸੇ ਹੈ? ਪਤਾ ਹੀ ਨਹੀਂ ਕੁਛ, ਦੁਨੀਆਦਾਰੀ ਨਹੀਂ ਪਤਾ ਉਹਨੂੰ ਵਿਚਾਰੇ ਨੂੰ। ਗੋਹਾ ਚੱਕਣ ਲਾਇਆ, ਗੋਹਾ ਐਂ ਚੱਕਦਾ ਜਿਵੇਂ ਖੂਹਾ ਇਕੱਠਾ ਕਰਦਾ, ਇੰਨੀ ਉਹਨੂੰ ਵਿਚਾਰੇ 'ਚ ਨਹੀਂ ਚੱਲਦੀ, ਇੰਨੀ ਉਹਨੂੰ ਸਮਝਾਇਆ ਹੋਇਆ ਕੁੱਟ ਕੁੱਟ ਕੇ। ਉਹਨੂੰ ਡਰਾ ਕੇ ਇੱਕ ਪ੍ਰੈਸਰ ਜੀ ਪਾ ਕੇ ਰੱਖੇ ਪਏ ਆ। ਤੁਸੀਂ ਵੀ ਆਪਣੇ ਆਲੇ ਦੁਆਲੇ ਜੀ ਧਿਆਨ ਰੱਖੋ, ਗੁੱਜਰਾਂ ਦੇ ਬਾੜੇ ਚੈੱਕ ਕਰੋ, ਤੁਹਾਡੇ ਰਿਸ਼ਤੇਦਾਰ ਜਿਹੜੇ ਗੁੰਮੇ ਹੋਏ ਆ
ਉਹ ਗੁੱਜਰਾਂ ਦੇ ਬਾੜਿਆਂ ਚੋਂ ਮਿਲਣੇ ਆ ਤੁਹਾਨੂੰ। ਪੰਜਾਬ ਦੇ ਵਿੱਚ ਜਿੰਨੇ ਗੁੱਜਰਾਂ ਦੇ ਬਾੜੇ ਆ, ਸਾਰੇ ਨਹੀਂ ਵੀ ਕਹਿੰਦੇ, ਤਾਂ 90% ਬਾੜਿਆਂ ਦੇ ਵਿੱਚ ਆ ਲੋਕ ਰੱਖੇ ਹੋਏ ਆ। ਆਹ ਮੰਦਬੁੱਧੀ ਬੰਦੇ ਵਿਚਾਰੇ ਜਿਨ੍ਹਾਂ ਨੂੰ ਦੁਨੀਆਦਾਰੀ ਦੀ ਵੀ ਸਮਝ ਨਹੀਂ ਹੈਗੀ, ਇਹੋ ਜਿਹੇ ਬੰਦਿਆਂ ਨੂੰ ਕੁੱਟ ਕੁੱਟ ਕੇ ਤਸ਼ੱਦਦ ਕੀਤਾ ਜਾਂਦਾ, ਉਹਨਾਂ ਤੋਂ ਸਾਰੀ ਉਮਰ ਗੋਹਾ ਚੁਕਾਇਆ ਜਾਂਦਾ, 10-10, 20-20 ਹਜ਼ਾਰ ਰੁਪਏ 'ਚ ਬੰਦੇ ਖਰੀਦ ਕੇ ਲਿਆਉਂਦੇ ਜਾਂਦੇ ਆ। ਜਿਹੜਾ ਥੋੜ੍ਹਾ ਜਿਹਾ ਠੀਕ ਹੋ ਜਾਂਦਾ, ਜਿਹੜਾ ਇਹਨਾਂ ਦੀ ਈਨ ਮੰਨ ਲੈਂਦਾ, ਜਿਹਨੂੰ ਇੰਨਾ ਕੁੱਟ ਕੁੱਟ ਕੇ ਡਰਾ ਲੈਂਦਾ ਵੀ ਉਹ ਭੱਜਦਾ ਨਹੀਂ, ਉਹਨੂੰ ਫਿਰ ਮੌਕਾ ਦਿੱਤਾ ਜਾਂਦਾ ਬਾਹਰ ਡੰਗਰ ਚਾਰਨ ਦਾ। ਇਹ ਬੰਦੇ ਨੂੰ ਬਾਹਰ ਡੰਗਰ ਚਾਰ ਕੇ ਲੈ ਕੇ ਆਉਣ ਦਾ ਮੌਕਾ ਮਿਲਦਾ, ਫਿਰ ਇਹ ਬੰਦਾ ਤਰੱਕੀ 'ਚ ਆ, ਕਿਉਂਕਿ ਇਹ ਡੰਗਰ ਚਾਰ ਕੇ ਆਉਂਦਾ। ਇਹ ਬੰਦੇ ਨੂੰ ਬਾੜੇ 'ਚੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ, ਕਿਉਂਕਿ ਇਹ ਬੰਦਾ ਇਹਦਾ ਹਜੇ ਇਹਨਾਂ 'ਤੇ ਭਰੋਸਾ ਨਹੀਂ ਬਣਿਆ ਵੀ ਇਹ ਰੁਕੂਗਾ ਕਿ ਭੱਜੂਗਾ। ਅਤੇ ਇਹ ਬੰਦੇ ਦਾ ਇਹਨਾਂ ਨੂੰ ਪਤਾ, ਇਹਦੇ ਨਾਲ ਇੱਕ ਬੰਦਾ ਜਾਂਦਾ ਇਹਨਾਂ ਦਾ ਮੈਂਬਰ, ਅਸੀਂ ਹਰ ਰੋਜ਼ ਚੈੱਕ ਕਰਦੇ ਹਾਂ, ਹਮੇਸ਼ਾ ਇਹਨਾਂ ਦੇ ਨਾਲ ਇੱਕ ਬੰਦਾ ਹੁੰਦਾ, ਉਹ ਸਾਈਡ 'ਤੇ ਬੈਠਾ ਰਹਿੰਦਾ ਸੁੱਟੀ ਲੈ ਕੇ। ਇਹ ਬੰਦਾ ਸਾਰਾ ਦਿਨ ਮੱਝਾਂ ਦੇ ਮਗਰ ਇੱਧਰੋਂ ਉੱਧਰ ਨੂੰ ਉੱਧਰੋਂ ਉੱਧਰ ਨੂੰ ਬਾਲਣ ਵੀ ਇਕੱਠਾ ਕਰਕੇ ਲੈ ਕੇ ਆਉਂਦਾ, ਨਾਲ ਸ਼ਾਮ ਦੀ ਰੋਟੀ ਦਾ ਇੰਤਜ਼ਾਮ ਵੀ ਕਰਦਾ ਇਹਨਾਂ ਦੀ ਦਾ। ਅਤੇ ਇਹ ਕਹਿੰਦੇ ਜੀ ਅਸੀਂ ਡੇਲੀ 200 ਰੁਪਈਆ ਦਿੰਦੇ ਹਾਂ, ਕੋਈ ਬੈਂਕ ਖਾਤਾ ਨਹੀਂ, ਕਿੱਥੇ ਪੈਸੇ ਲੈ ਕੇ ਆਉਂਦੇ ਆ, ਆਹ 10-10 ਦੇ ਨੋਟ ਆ ਬਟੂਏ 'ਚੋਂ ਨਿਕਲਿਆ ਵਿਚਾਰੇ 'ਚੋਂ, ਅਤੇ ਆਹ ਬਟੂਏ ਦੇ ਵਿੱਚ ਕੋਈ ਪੈਸਾ ਨਹੀਂ, ਫਟਿਆ ਪਿਆ ਬਟੂਆ ਵੀ, ਅਤੇ ਆਹ 10-10 ਦੇ ਨੋਟ ਆ ਵਿਚਾਰੇ ਨੂੰ ਦਿੱਤੇ ਹੋਏ, ਲੋਲੀਪੋਪ ਵੀ ਤੇਰੇ ਰੋਜ਼ ਇਹਨੂੰ 10 ਰੁਪਈਏ ਦੇ ਦਿੰਦੇ ਆ। ਉਹ ਵਿਚਾਰਾ ਗਿਣੀ ਜਾਂਦਾ ਵੀ ਮੈਂ ਇੱਕ ਦਿਨ ਮੇਰੇ ਕੋਲ ਸਟੇਸ਼ਨ ਜੋਗੇ ਹੋ ਜਾਣਗੇ ਤਾਂ ਮੈਂ ਜਾਊਂਗਾ, ਜਦੋਂ 4 ਕੁ ਮਹੀਨਿਆਂ ਬਾਅਦ ਥੱਪੜ ਮਾਰ ਕੇ ਖੋਲ ਲੈਂਦੇ ਆ, ਫਿਰ ਬੰਦਾ ਜੀਰੋ 'ਤੇ ਆ ਜਾਂਦਾ। ਇਹ ਹਾਲਾਤ ਹੁੰਦੇ ਆ, ਅਤੇ ਡਰਾਇਆ ਇੰਨਾ ਹੋਇਆ, ਬੋਲ ਵੀ ਨਹੀਂ ਰਿਹਾ, ਦੱਸ ਵੀ ਨਹੀਂ ਰਿਹਾ ਕੁਛ। ਮੇਰੀ ਗੱਲ ਸੁਣਨਾ ਬੇਬੇ, ਹੁਣ ਤੁਸੀਂ ਨਾ ਥਾਣੇ ਜਾਣਾ, ਥਾਣੇ ਤੁਸੀਂ, ਮੈਂ ਤੁਹਾਨੂੰ ਦੱਸਦੀ ਦੱਸਦਾ ਕਿਤੋਂ ਆਏ, ਨਹੀਂ ਤੁਸੀਂ ਆਪੇ ਹੀ ਸੱਚ ਬੋਲੋਗੇ ਤੁਸੀਂ, ਮੇਰੀ ਗੱਲ ਸੁਣ ਲਓ, ਸੱਚ ਦੱਸ ਦਿਓ ਗੱਲ ਕੀ ਆ, ਕਿੱਥੋਂ ਆ ਮਨ ਵਾਲੀ ਕੁੜੀ ਨਾਲ ਫੋਨ ਤੇ ਗੱਲ ਕਰਾ ਮੱਖਣਾ, ਸਾਰੀ ਗੱਲ ਹੈਲੋ, ਬੱਚੇ ਨੀ ਹੈਗੇ ਅਸੀਂ, ਬੱਚੇ ਨੀ ਹੈਗੇ, ਬੇਵਕੂਫ ਨੀ ਹੈਗੇ ਅਸੀਂ, ਕਰਕੇ ਹਟੇ ਫੋਨ ਤੇ ਗੱਲ ਨਹੀਂ ਕਰਦਾ, ਨਿੱਕੇ ਜੇ ਕਿਤੇ ਨਹੀਂ, ਪਰ ਤੈਨੂੰ ਕੀ ਲੱਗਦਾ ਵੀ ਤੇਰੀ ਭੈਣ ਦੇ ਬਿਆਨ ਅਸੀਂ ਮੁੜ ਜਾਂਗੇ, ਪਰ ਮੁੜਨ ਵਾਲੀ ਗੱਲ ਨੀ ਵੀਰੇ, ਆਪਾਂ ਜ਼ਿੰਮੇਵਾਰੀ ਤੇਰੀ ਇਨਸਾਨਾਂ ਵਾਲੀ ਨੀ ਹੈਗੀ, ਇੱਥੇ ਭੁਗਤਣੇ ਪੈਂਦੇ, ਮੈਂ ਨੀ ਗੱਲ ਕਰਨੀ, ਹੋਏ ਫੋਨ ਕੱਟ, ਸਾਨੂੰ ਪਤਾ ਲੱਗ ਗਿਆ ਫੜ ਕੇ, ਉੱਥੇ ਲਿਆ ਉਹਨੂੰ ਵੀ ਫੜ ਕੇ, ਇੱਥੇ ਇਹ ਉਹਨਾਂ ਦਾ ਹੀ ਆ, ਆਹ ਬੰਦਾ ਉਹਨਾਂ ਦਾ, ਦੇਖੋ ਜਾਂ ਤਾਂ ਸੱਚ ਦੱਸ ਦੋ ਜਾਂ ਫਿਰ ਤਿਆਰੀ ਖਿੱਚ ਲਓ, ਤੁਹਾਨੂੰ ਮੈਂ ਦੱਸਦੀ ਗੱਲ, ਗੱਲਾਂ ਹੀ ਦੋ ਆ, ਮੇਰੀ ਗੱਲ ਸੁਣ, ਗੱਲਾਂ ਹੀ ਦੋ ਆ, ਮਾਂ ਕੋਈ ਉਹ ਨਹੀਂ, ਇਹਦੇ ਚ ਕਿਤੇ ਕੋਈ ਲਕਾ ਨਹੀਂ, ਬਾਕੀ ਜੀ ਅਸੀਂ ਤੁਹਾਨੂੰ ਦੁਬਾਰਾ ਲਾਈਵ ਹੋ ਕੇ ਦੱਸਾਂਗੇ, ਸਾਰੀ ਜਾਣਕਾਰੀ ਦੇਵਾਂਗੇ, ਸਾਡੀ ਹੱਥ ਬੰਨ ਕੇ ਬੇਨਤੀ ਆ ਵੀ ਇਦਾਂ ਦੇ ਲੋਕਾਂ ਤੋਂ ਬਚੋ, ਜਿਹੜੇ ਤੁਹਾਡੇ ਆਂਢ ਗੁਆਂਢ ਦੇ ਵਿੱਚ ਕਿਤੇ ਵੀ ਕੋਈ ਇਦਾਂ ਦੇ ਗੁੱਜਰਾਂ ਦੇ ਬਾੜੇ ਆ, ਪਲੀਜ਼ ਜਾ ਕੇ ਚੈੱਕ ਕਰੋ, ਉੱਥੇ ਇਦਾਂ ਦੇ ਇਨਸਾਨ ਮਿਲਣਗੇ ਤੁਹਾਨੂੰ, ਆ ਰੱਬ ਦੇ ਰੂਪੀ ਇਨਸਾਨ ਗੋਹੇ ਦੇ ਨਾਲ ਲਿਬੜੇ ਹੋਏ, ਹੱਥ ਦਿਖਾਈ ਏਦਾਂ ਕਰੀ, ਹੱਥ ਹੱਥ ਏਦਾਂ ਕਰ, ਆ ਹੱਥ ਦੇਖੋ ਜੀ, ਆ ਇਹਦੇ ਹੱਥ ਆ, ਉਹ ਆ ਸਾਡੇ ਸਮਾਜ ਦੇ ਹੱਥ ਅੱਜ ਦੇ, ਦੇਖੋ ਜੀ ਆ, ਅਸੀਂ ਇੰਨੇ ਹੋ ਗਏ ਅਸੀਂ ਦੇਖਦੇ ਵੀ ਨਹੀਂ, ਸਾਡੇ ਪਿੰਡ 'ਚ ਇੱਕ ਗੁੱਜਰ ਰਹਿੰਦਾ, ਸਾਨੂੰ ਐਂ ਆ ਵੀ ਇਹਦੀ ਵੋਟ ਬਣੀ ਹੋਈ ਯਾਰ, ਸਾਨੂੰ ਵੋਟ ਪਾ ਦੂਗਾ, ਇਹਦੀਆਂ 6 ਵੋਟਾਂ ਵਾ, ਸਾਨੂੰ ਵੋਟਾਂ ਪਾ ਦੂਗਾ, ਇਹ ਸਿਰਫ ਵੋਟਾਂ ਪਿੱਛੇ ਅਸੀਂ ਚੁੱਪ ਕਰ ਜਾਂਦੇ। ਇਹ ਲੋਕ ਇੱਦਾਂ ਦੇ ਵਿਚਾਰੇ ਸੱਦਰ ਖਾਈ ਝੱਲੀ ਜਾਂਦੇ ਆ, ਛਿੱਤਰ ਖਾਈ ਜਾਂਦੇ ਆ, ਤੁਹਾਡੇ ਪਿੰਡ 'ਚ
ਤੁਹਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਪਰ ਤੁਹਾਡੇ ਗੁਰੂਆਂ ਪੀਰਾਂ ਨੇ ਮੁਗਲਾਂ ਦੇ ਨਾਲ ਲੜ ਲੜ ਕੇ ਸ਼ਹੀਦੀਆਂ ਦਿੱਤੀਆਂ, ਸਰਬੰਸ ਵਾਰਤਾ, ਪਰਿਵਾਰ ਵਾਰਤਾ ਉਹਦਾ, ਪਰ ਅਸੀਂ ਅੱਜ ਵੀ ਗੁਲਾਮ ਹਾਂ ਇਹਨਾਂ ਦੇ ਮੁਗਲਾਂ ਦੇ। ਇਹ ਕੌਣ, ਇਹ ਕਿੱਥੋਂ ਆਏ ਹੋਏ ਆ, ਇਹ ਕਿਹੜੀ ਕੌਮ ਦੇ ਵਾਰਸ ਆ, ਇਹ ਕਿਹੜੇ ਦੇਸ਼ ਦੇ ਆ, ਕੁਛ ਪਤਾ ਤੁਹਾਨੂੰ? ਕੋਈ ਇਹਨਾਂ ਦਾ ਆਈਡੈਂਟੀ ਹੈ? ਕੋਈ ਕੋਈ ਕਿਹੜੇ ਪਿੰਡ 'ਚ ਜਾ ਕੇ ਰਹਿਣ ਲੱਗ ਗਿਆ? ਕੋਈ ਅਫਗਾਨਿਸਤਾਨ ਤੋਂ ਆਏ ਆ? ਕਿੱਥੋਂ ਆਏ ਆ ਇਹ? ਫਿਰ ਕਹਿੰਦੇ ਮਿਲੀਟੈਂਟ ਕਿੱਥੋਂ ਆਉਂਦੇ ਆ? ਮਿਲੀਟੈਂਟ ਸਾਡੇ ਵਿੱਚ ਰਹੀ ਜਾਂਦੇ ਆ, ਇਹ ਮਿਲੀਟੈਂਟ ਸਾਡੇ ਵਿੱਚ ਰਹਿ ਰਹੇ ਨੇ। ਇਹ ਇਹਨਾਂ ਦੀ ਆਈਡੈਂਟੀ ਹੋਈ ਨਹੀਂ ਕੋਈ, ਪਤਾ ਨਹੀਂ ਕਿੱਥੋਂ ਆਉਂਦੇ ਨੇ। ਕਿਸੇ ਇੱਕ ਬੰਦੇ ਨੂੰ ਫੜਦੇ ਨੇ ਮੋਦਵਾਰ ਨੂੰ, ਕੁਛ ਪੈਸਿਆਂ ਦੇ ਵਿੱਚ ਉਹਦੇ ਨਾਲ ਲਿਹਾਜ਼ ਪਾ ਕੇ ਉਹਨੂੰ ਫ੍ਰੀ ਦੁੱਧ ਦੇ ਕੇ ਮਹੀਨਾ ਦੋ ਮਹੀਨੇ ਪੱਟੀ ਰੱਖਦੇ ਨੇ, ਜ਼ਮੀਨਾਂ ਲੈ ਕੇ ਉਹਨਾਂ ਦੇ ਵਿੱਚ ਰਹਿੰਦੇ ਨੇ, ਉਸੇ ਪਿੰਡ 'ਚ ਇੱਕ ਦਿਨ ਆ ਕੇ ਆਧਾਰ ਕਾਰਡ ਬਣਾ ਲੈਂਦੇ ਨੇ ਆਪਦਾ, ਉੱਥੋਂ ਦੇ ਵਸਨੀਕ ਹੋ ਜਾਂਦੇ ਨੇ, ਉਸ ਪਿੰਡ ਦੇ ਵਿੱਚ ਰਹਿੰਦੇ ਮੋਦਵਾਰ ਬੰਦੇ, ਪਿੰਡ ਦੇ ਸਰਪੰਚ ਨੁਮਾਇੰਦੇ ਸਿਰਫ 4 ਵੋਟਾਂ ਦੇ ਕਰਕੇ ਬੋਲਦੇ ਨਹੀਂ ਕੁਛ। ਆ ਸਾਡੇ ਪਿੰਡ ਦੇ ਸਰਪੰਚ ਸਾਹਿਬ ਖੜੇ ਆ, ਕੋਈ ਉਹ ਨਹੀਂ, ਇਹਨਾਂ ਨੇ ਇਹਨਾਂ ਦੀ ਵੋਟ ਹੀ ਨਹੀਂ ਬਣ ਦਿੱਤੀ ਇੱਥੇ ਅਸੀਂ ਇਹਨਾਂ ਦੀ। ਇਹੋ ਜਿਹਾ ਇਹਨਾਂ ਦੀ ਆਈਡੈਂਟੀ ਹੋਈ ਨਹੀਂ ਕੋਈ, ਕਿਉਂ ਵੋਟ ਬਣੂਗੀ ਸਾਡੇ ਪਿੰਡ 'ਚ? ਕਿੱਥੋਂ ਆਏ ਨੇ ਬੰਦੇ? ਆ ਸਾਡੇ ਪਿੰਡ ਦੇ ਵਿੱਚ ਜ਼ਮੀਨ ਦੇ ਵਿੱਚ ਬੈਠੇ ਨੇ, ਸਾਬਕਾ ਸਰਪੰਚ ਸਾਹਿਬ ਬਾਹਰ ਆ, ਸ਼ਾਇਦ ਉਹਨਾਂ ਨੂੰ ਨੌਲੇਜ ਹੀ ਨਾ ਹੋਵੇ ਵੀ ਇਹ ਕੌਣ ਆ, ਬੰਦੇ ਕਿੱਥੋਂ ਆਏ, ਉਹਨੂੰ ਵੀ ਨਹੀਂ ਪਤਾ। ਬੂਟਿਆਂ ਦਾ ਨੁਕਸਾਨ ਇੰਨਾ ਕਰਦੇ ਆ, ਉਹਨਾਂ ਬੂਟਿਆਂ ਨੂੰ ਰੋਕ ਕੇ ਪਹਿਲਾਂ ਦੇਖੋ ਕਿੰਨੇ ਬੂਟੇ ਲਾਉਂਦੇ ਆ ਪੰਜਾਬ 'ਚ, ਪਿੰਡਾਂ 'ਚ ਨੌਜਵਾਨ ਮੁੰਡਿਆਂ ਨੇ, ਆ ਸਾਡੇ ਪਿੰਡ ਦੇ ਨੌਜਵਾਨ ਖੜੇ ਨੇ, ਇਹਨਾਂ ਨੇ ਪਿੰਡ 'ਚ ਬੂਟੇ ਲਾਏ ਹਰ ਇੱਕ ਰਾਹ 'ਤੇ, ਹਰ ਇੱਕ ਸੜਕ ਦੇ ਉੱਪਰ, ਅਤੇ ਇਹ ਕੀ ਕਰਦੇ ਨੇ, ਇਹਨਾਂ ਨੂੰ ਵਿਚਾਰਿਆਂ ਨੂੰ ਮੰਦਬੁੱਧੀਆਂ ਨੂੰ ਭੇਜ ਦਿੰਦੇ ਨੇ ਮੱਝਾਂ ਦੇ ਮਗਰ, ਅਤੇ ਇਹ ਵਿਚਾਰੇ ਮੱਝਾਂ ਲੈ ਕੇ ਜਾਂਦੇ ਨੇ ਅਤੇ ਬੂਟੇ ਖਾ ਜਾਂਦੇ ਨੇ ਸਾਰੀਆਂ, ਅਤੇ ਬੂਟੇ ਲੱਖਾਂ ਰੁਪਈਆ, ਜਿਹੜਾ ਨੁਕਸਾਨ ਤਾਂ ਹੋਇਆ ਹੀ ਹੋਇਆ, ਜਿਹੜਾ ਵਾਤਾਵਰਨ ਦਾ ਨੁਕਸਾਨ ਆ ਉਹਦਾ ਕੋਈ ਮੁੱਲ ਹੀ ਨਹੀਂ। ਅਤੇ ਇਹ ਬੰਦੇ ਸਾਡੇ ਪਿੰਡ 'ਚ ਰਹਿ ਰਹੇ ਨੇ, ਅਤੇ ਸਾਡੇ ਪਿੰਡ 'ਚ ਇਹਨਾਂ ਨੇ ਗੁਲਾਮ ਬਣਾ ਕੇ ਬੰਦੇ ਰੱਖੇ ਹੋਏ ਆ। ਦੇਖੋ, ਅਸੀਂ ਉਹ ਗੁਲਾਮੀ ਜਿਹਦੇ ਪਿੱਛੇ ਗੁਰੂ ਸਾਹਿਬ ਨੇ ਬੱਚੇ ਵਾਰਤੇ, ਪਰਿਵਾਰ ਵਾਰਤਾ, ਅੱਜ ਸਾਡੇ ਸਾਹਮਣੇ ਗੁਲਾਮੀ ਸਹਿ ਰਹੀ ਹੈ। ਬਿਲਕੁਲ ਜੀ, ਸਾਡੇ ਸੰਸਥਾ ਆ ਬਿਲਕੁਲ ਸਾਹਮਣੇ, ਮਨੁੱਖਤਾ ਦੀ ਸੇਵਾ ਪਰਿਵਾਰ ਦਾ ਘਰ ਆ ਸਾਡਾ, ਅਤੇ ਸਾਡੇ ਕੋਲ 140 ਮੈਂਬਰ ਆ ਉੱਥੇ, ਇੱਦਾਂ ਦੇ ਪਤਾ ਨਹੀਂ ਕਿੰਨੇ ਬੰਦੇ ਦੀ ਛਡਾ ਕੇ ਲੈ ਕੇ ਆਉਂਦੇ ਆ, ਪਰ ਸਾਡੇ ਘਰ ਦੇ ਬਿਲਕੁਲ ਜੜਾਂ ਦੇ ਵਿੱਚ ਇਹ ਬੰਦੇ ਗੁਲਾਮ ਬਣਾਈ ਬੈਠੇ ਆ। ਸਾਨੂੰ ਪਤਾ ਲੱਗ ਗਿਆ ਸੀ ਇਹ 1.5 ਮਹੀਨਾ ਹੀ ਰਹਿਣ ਆਇਆਂ ਨੂੰ ਹੋਇਆ, ਇੱਥੇ 1.5-2 ਮਹੀਨੇ ਹੋਏ ਇਹਨਾਂ ਨੂੰ ਆਇਆਂ ਨੂੰ, ਬੰਦੇ ਰੱਖੇ ਸੀ, ਅਸੀਂ ਵਾਚ ਕਰਦੇ ਸੀ, ਕਿਤੇ ਲੈ ਆਉਂਦੇ ਸੀ ਬੰਦੇ, ਕਈ ਵਾਰੀ ਹੁੰਦੇ ਸੀ, ਕਈ ਵਾਰੀ ਨਹੀਂ ਹੁੰਦੇ ਸੀ, ਪਰ ਸਾਨੂੰ ਇੱਦਾਂ ਪਤਾ ਲੱਗਿਆ, ਫਿਰ ਮੁੰਡਿਆਂ ਨੇ ਦੱਸਿਆ ਵੀ ਅੰਦਰ ਬੰਦ ਕਰਕੇ ਰੱਖਦੇ ਆ ਇਹਨਾਂ ਨੂੰ, ਅੰਦਰੋਂ ਬਾਹਰ ਨਹੀਂ ਨਿਕਲਣ ਦੇ। ਆਹ ਬੰਦਾ ਵਿਚਾਰਾ ਪਤਾ ਹੀ ਨਹੀਂ ਸੀ ਇੱਥੇ ਮੱਝਾਂ ਦੇ ਵਿੱਚ ਲੁਕਿਆ ਹੋਇਆ ਸੀਗਾ, ਤੁਸੀਂ ਜਿਹੜੀ ਸ਼ੁਰੂਆਤੀ ਵੀਡੀਓ ਅਸੀਂ ਉਹ ਵੀ ਪਾਵਾਂਗੇ, ਤੁਹਾਨੂੰ ਦਿਖਾਵਾਂਗੇ ਜੇ ਤੁਸੀਂ ਐਂਟਰ ਹੋਏ ਆ, ਅਤੇ ਮੱਝਾਂ ਦੇ ਮਗਰ ਬੈਠਾ ਵਿਚਾਰਾ ਗੋਹਾ ਚੱਕੀ ਜਾਂਦਾ, ਉੱਥੋਂ ਕੋਡਾ ਕੋਡਾ ਹੋ ਕੇ ਪਰੇ ਜਾ ਕੇ ਗੋਹਾ ਸਿੱਟੇ ਆਉਂਦਾ ਵਿਚਾਰਾ, ਪਤਾ ਹੀ ਨਹੀਂ ਲੱਗਦਾ ਵੀ ਇੱਥੇ ਬੰਦਾ ਵੀ ਹੈਗਾ ਕੋਈ। ਅਤੇ ਅੱਜ ਸਾਡੇ ਨਗਰ ਦੇ ਸਾਰੇ ਮੋਹਤਵਾਰ ਵੀਰ ਨੌਜਵਾਨ, ਸਾਡੇ ਪਿੰਡ ਦੇ ਸਰਪੰਚ ਸਾਹਿਬ ਜਗਰੂਪ ਵੀਰ ਹੋਣੀ ਸਾਰੇ ਖੜੇ ਨੇ, ਅਤੇ ਅਸੀਂ ਇਹਦਾ ਕੋਈ ਨਾ ਕੋਈ ਸਲਿਊਸ਼ਨ ਕੱਢਾਂਗੇ, ਇਹਦਾ ਕੋਈ ਹੱਲ ਕੱਢਾਂਗੇ ਵੀ ਕੀ ਹੋਣਾ ਚਾਹੀਦਾ ਇਹਨਾਂ ਦਾ, ਇਹਨਾਂ ਦੇ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਉਹ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਜਾਂ ਇਹ ਸੱਚ ਦੱਸਣਗੇ ਵੀ ਇਹ ਬੰਦੇ ਕਿੱਥੋਂ ਆਏ ਨੇ, ਇਹਨਾਂ ਦੇ ਕੀ ਐਡਰੈਸ ਆ, ਇਹਨਾਂ ਨੂੰ ਇਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਊਗਾ। ਵਾਹਿਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ, ਬਲ ਬਖਸ਼ਣ, ਤਾਂ ਜੋ ਅਸੀਂ ਇੱਦਾਂ ਦੇ ਹੋਰ ਲੋਕ, ਪਤਾ ਨਹੀਂ ਤੁਹਾਡੇ ਨੇੜੇ ਤੇੜੇ ਵੀ ਬਹੁਤ ਹੋਣਗੇ, ਆਪਣੇ ਪਿੰਡਾਂ 'ਚ ਝਾਤ ਮਾਰੋ, ਹਰੇਕ ਪਿੰਡ ਦੇ ਵਿੱਚ ਗੁੱਜਰ ਬੈਠੇ ਆ, ਹਰੇਕ ਪਿੰਡ ਦੇ ਵਿੱਚ ਇੱਦਾਂ ਦੇ ਮੰਦਬੁੱਧੀ ਬੰਦੇ ਉਹਨਾਂ ਨੇ ਰੱਖੇ ਹੋਏ ਆ। ਇਸ ਵੀਡੀਓ ਨੂੰ ਦੇਖ ਕੇ ਅਵੇਅਰ ਹੋਇਓ, ਸੋਚਿਓ, ਥੋੜ੍ਹਾ ਜਿਹਾ ਧਿਆਨ ਰੱਖਿਓ ਇਸ ਗੱਲ ਦਾ, ਥੋੜ੍ਹਾ ਜਿਹਾ ਵੀ ਤੁਹਾਡੇ ਨੇੜੇ ਤੇੜੇ ਤਾਂ ਨਹੀਂ ਕਿਤੇ ਇੱਦਾਂ ਦੇ ਵਿਚਾਰੇ ਜਿਨ੍ਹਾਂ ਨੂੰ ਨਾਮ ਵੀ ਨਹੀਂ ਪਤਾ, ਬੋਲ ਵੀ ਨਹੀਂ ਸਕਦਾ ਵਿਚਾਰਾ। ਤੇਰੇ ਗਾਓਂ ਦਾ ਨਾਮ ਕਿਆ ਹੈ? ਗਾਓਂ ਗਾਓਂ ਪੈਸਾ ਦਿੱਤੇ ਤੇਰੇ ਕੋਲ? ਪੈਸਾ ਨਹੀਂ ਲੈਂਦੇ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰਪਿਆਰਿਓ, ਅਸੀਂ ਆਪਣੇ ਚੈਨਲ ਦੇ ਜ਼ਰੀਏ ਪਹਿਲਾਂ ਵੀ ਬਹੁਤ ਸਾਰੇ ਗੁਜਰਾਂ ਦੇ ਬਾੜਿਆਂ ਦੇ ਵਿੱਚੋਂ ਮੰਦ ਬੁੱਧੀਆਂ ਨੂੰ ਜਿਹੜੀਆਂ ਸੰਸਥਾਵਾਂ ਨੇ ਛੁਡਵਾਇਆ ਉਹ ਤੁਹਾਡੇ ਰੂਬਰੂ ਕੀਤਾ ਹੈ। ਬੇਸ਼ੱਕ ਉਹ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜ੍ਹਦੀ ਵੱਲ ਹੋਵੇ ਜਾਂ ਭਾਈ ਗੁਰਪ੍ਰੀਤ ਸਿੰਘ ਜੀ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਵਾਲੇ। ਪਰ ਸਾਡਾ ਆਪਣਾ ਇਨਸਾਨ ਹੋਣ ਦੇ ਨਾਤੇ ਕੀ ਫਰਜ਼ ਬਣਦਾ ਹੈ? ਅਗਰ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਕਿਸੇ ਨੂੰ ਵੇਖਦੇ ਹਾਂ ਕਿ ਕੋਈ ਲਾਚਾਰ ਹੈ ਜਾਂ ਕਿਸੇ ਉੱਤੇ ਅੱਤਿਆਚਾਰ ਹੋ ਰਿਹਾ ਹੈ, ਤਾਂ ਅਸੀਂ ਆਪਣੀ ਆਵਾਜ਼ ਕਿਉਂ ਨਹੀਂ ਬੁਲੰਦ ਕਰਦੇ? ਕਿਉਂਕਿ ਭਾਈ ਗੁਰਪ੍ਰੀਤ ਸਿੰਘ ਜੀ ਆਪਣੇ ਵੱਲੋਂ ਦਿਨ ਰਾਤ ਇੱਕ ਕਰਦੇ ਨੇ, ਪਰ ਉਹ ਵੀ ਹਰ ਥਾਂ ਦੇ ਉੱਤੇ ਨਹੀਂ ਪਹੁੰਚ ਸਕਦੇ। ਪਰ ਜੇਕਰ ਸਾਡੇ ਅੰਦਰ ਇਨਸਾਨੀਅਤ ਜਿਉਂਦੀ ਹੈ, ਜੇਕਰ ਅਸੀਂ ਵਾਕਈ ਹੀ ਬਾਬੇ ਨਾਨਕ ਦੇ ਦਿੱਤੇ ਹੋਏ ਫਲਸਫੇ 'ਤੇ ਪਹਿਰਾ ਦਿੰਦੇ ਹਾਂ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਦੇ ਵੀ ਕਿਸੇ ਦੇ ਨਾਲ ਅਜਿਹਾ ਧੱਕਾ ਨਾ ਹੋਣ ਦਈਏ। ਅਤੇ ਲਾਹਨਤ ਹੈ ਅਜਿਹੇ ਇਨਸਾਨਾਂ 'ਤੇ, ਅਜਿਹੇ ਗੁਜਰਾਂ 'ਤੇ ਜੋ ਇਨਸਾਨਾਂ ਨੂੰ ਇਨਸਾਨ ਨਾ ਸਮਝ ਕੇ ਉਹਨਾਂ ਤੋਂ ਮਸ਼ੀਨਾਂ ਵਾਂਗ ਕੰਮ ਕਰਵਾਉਂਦੇ ਰਹਿੰਦੇ ਨੇ, ਫਿਰ ਚਾਹੇ ਉਹਨਾਂ ਦੇ ਹੱਥ ਪੈਰ ਗਲੇ ਹੋਏ ਹੋਣ ਜਾਂ ਕੱਪੜੇ ਪੂਰੇ ਦੇ ਪੂਰੇ ਗੋਹੇ ਨਾਲ ਭਰੇ ਹੋਣ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅਜਿਹੇ ਇਨਸਾਨਾਂ ਨੂੰ ਡਰਨਾ ਚਾਹੀਦਾ ਹੈ ਉਸ ਪਰਮਾਤਮਾ ਦੀ ਮਾਰ ਤੋਂ, ਕਿਉਂਕਿ ਉਸ ਪਰਮਾਤਮਾ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ। ਅੰਤ ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ ਕਿ ਜਿੰਨੀਆਂ ਵੀ ਅਜਿਹੀਆਂ ਸੇਵਾ ਸੁਸਾਇਟੀਆਂ ਹੈ ਨੇ, ਜਿੰਨੇ ਵੀ ਭਾਈ ਗੁਰਪ੍ਰੀਤ ਸਿੰਘ ਜੀ ਵਰਗੇ ਵੀਰ ਹੈ ਨੇ ਜੋ ਦਿਨ ਰਾਤ ਇੱਕ ਕਰਕੇ ਮਨੁੱਖਤਾ ਦੀ ਸੇਵਾ ਵਾਸਤੇ ਜੂਝ ਰਹੇ ਨੇ, ਦਿਨ ਰਾਤ ਇੱਕ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਨੇ, ਸਰਬੱਤ ਦੇ ਭਲੇ ਵਾਸਤੇ ਲੱਗੇ ਹੋਏ ਨੇ। ਅਜਿਹੇ NGOs ਦਾ ਸਾਨੂੰ, ਵੱਧ ਚੜ੍ਹ ਕੇ ਅਜਿਹੀਆਂ ਸੰਸਥਾਵਾਂ ਦਾ ਸਾਨੂੰ ਸਹਾਰਾ ਬਣਨਾ ਚਾਹੀਦਾ ਹੈ। ਆਪਣੇ ਤਸਨਾਹਾਂ ਦੀ ਕਿਰਤ ਕਮਾਈ ਵਿੱਚੋਂ ਅਸੀਂ ਅਗਰ ਗੁਰੂ ਘਰ ਦੀਆਂ ਗੋਲਕਾਂ ਦੇ ਵਿੱਚ ਜਾ ਕੇ ਪੈਸਾ ਪਾਉਂਦੇ ਹਾਂ, ਉਸ ਤੋਂ ਚੰਗਾ ਹੋਏਗਾ ਕਿ ਅਸੀਂ ਆਪ ਜਾ ਕੇ ਅਜਿਹੇ ਸੰਸਥਾਵਾਂ ਦੇ ਵਿੱਚ ਹੱਥੀਂ ਦਾਨ ਕਰੀਏ ਅਤੇ ਆਪਣੀ ਰੂਹ ਨੂੰ ਸਕੂਨ ਪਹੁੰਚਾਈਏ ਕਿ ਵਾਕਈ ਹੀ ਸਾਡੀ ਕਿਰਤ ਕਮਾਈ ਵਿੱਚੋਂ ਨਿਕਲਿਆ ਦਾਨ ਕਿਸੇ ਚੰਗੇ ਲੇਖੇ ਜਾ ਲੱਗਿਆ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਅਜਿਹੀਆਂ ਸੰਸਥਾਵਾਂ ਦਾ ਜ਼ਰੂਰ ਸਾਥ ਦਿਓਗੇ, ਭਾਈ ਗੁਰਪ੍ਰੀਤ ਸਿੰਘ ਜੀ ਦਾ ਜ਼ਰੂਰ ਸਾਥ ਦਿਓਗੇ ਜੋ ਦਿਨ ਰਾਤ ਇੱਕ ਕਰਦੇ ਨੇ ਮਨੁੱਖਤਾ ਦੀ ਸੇਵਾ ਵਾਸਤੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।